ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਅੱਜ ਦਾਸ ਸੰਤ ਮਹਾਪੁਰਖ ਬਾਬਾ ਮਹਾਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਝਲਕ ਆਪ ਸਾਰੀਆਂ ਸੰਗਤਾਂ ਦੇ ਨਾਲ ਦਾਸਾਂਝਾ ਕਰਦਾ ਹੈ ਜਦੋਂ ਸੰਤ ਮਹਾਪੁਰਖ ਬਾਬਾ ਹਰਨਾਮ ਸਿੰਘ ਜੀ ਜਦ ਕਈਆਂ ਸਾਲਾਂ ਦੇ ਬਾਅਦ ਅੰਮ੍ਰਿਤਸਰ ਤੋਂ ਦੁਬਾਰਾ ਘਰ ਪਹੁੰਚੇ ਸਿਗੇ ਉਸ ਟਾਈਮ ਮਹਾਪੁਰਖਾਂ ਦਾ ਜਿਹੜਾ ਸਰੀਰ ਸੀਗਾ ਨਾ ਉਹਨਾਂ ਟਾਈਮਾਂ ਦੇ ਵਿੱਚ ਉਹ ਕਾਫੀ ਝੜ ਚੁੱਕਾ ਸੀਗਾ ਸੋ ਆਪ ਉਹਨਾਂ ਟਾਈਮਾਂ ਦੇ ਵਿੱਚ ਜ਼ਿਆਦਾਤਰ ਮੰंजे ਤੇ ਹੀ ਘਰ ਦੇ ਵਿੱਚ ਜਿਹੜੇ ਸੀਗੇ ਉਹ ਲੰਮੇ ਪੈ ਰਹੇ ਹੁੰਦੇ ਸੀ ਤੇ ਇਹਨਾਂ ਦੀ ਸਾਰੀ ਜਿਹੜੀ ਸੇਵਾ ਦੇਖਭਾਲ ਸੀ ਇਹਨਾਂ ਦੇ ਮਾਤਾ ਜੀ ਕਰਦੇ ਸੀਗੇ ਸੋ ਸਮਝਦਾਂ ਦਾ ਬਣਿਆ ਹੈਗਾ ਕਿ ਜਦੋਂ ਇਹਨਾਂ ਦੇ ਸਿਹਤ ਦੀ ਇੱਕ ਗੰਢ ਜੀ ਵੱਜ ਗਈ ਸੀਗੀ ਤਾਂ ਮਾਤਾ ਜੀ ਨੇ ਆਪ ਮਹਾਪੁਰਖਾਂ ਦੀ ਔਰ ਖਾਸ ਕਰਕੇ ਜਿਹੜੀ ਟੱਟੀ ਪਿਸ਼ਾਬ ਦੀ ਹੱਜਤ ਹੈਗੀ ਉਹਨਾਂ ਨੂੰ ਮਾਤਾ ਜੀ ਆਪ ਹੀ ਪੂਰਾ ਕਰਿਆ ਕਰਦੇ ਸੀਗੇ ਸੋ ਇਸ ਤਰ੍ਹਾਂ ਕਰਦੇ ਕਰਦੇ ਇੱਕ ਦਿਨ ਐਸਾ ਆਇਆ 6 ਮਹੀਨਿਆਂ ਬਾਅਦ ਕਿ ਇਹਨਾਂ ਦੀ ਮਾਤਾ ਜੀ ਕਿਸੇ ਕਾਜ ਕਰਕੇ ਘਰੋਂ ਬਾਹਰ ਚਲੇ ਗਏ ਜਦਕ ਬਾਹਰ ਚਲੇ ਗਏ ਤਾਂ ਮਾਪੁਰਖਾਂ ਨੂੰ ਹਨਾ ਬੈਠਿਆਂ-ਬੈਠਿਆਂ ਜਦ ਇਸ ਤਰ੍ਹਾਂ ਦੀ ਟੱਟੀ ਪਿਸ਼ਾਬ ਦੀ ਹਜਤ ਆਈ ਤੇ ਇਹਨਾਂ ਨੇ ਆਪਣੇ ਘਰਦਿਆਂ ਨੂੰ ਬਾਜ ਮਾਰੀ ਜਦ ਬਾਜ ਮਾਰੀ ਤੇ ਇਹਨਾਂ ਦੀ ਜਿਹੜੀ ਵੱਡੀ ਪਰਜਾਈ ਸੀ ਹਨਾ ਉਹ ਉਸੇ ਟਾਈਮ ਇਹਨਾਂ ਬਾਬਾ ਜੀ ਨੂੰ ਇੱਕ ਜਿਹੜਾ ਸੁਗਾ ਤਿੱਖਾ ਮਿਹਣਾ ਦੇ ਦਿੱਤਾ ਉਸ ਮਹੀਨੇ ਵਿੱਚ ਉਹਨੇ ਇਹੋ ਜਿਹੇ ਲਫ਼ਜ਼ ਜਣੀ ਬੋਲਦੇ ਜਿਹੜੇ ਬਾਬਾ ਜੀ ਦੇ ਮਨ ਨੂੰ ਆਤਤਾ ਜਿਹੜੇ ਸੀਗੇ ਉਹ ਦਖਦਾਈ ਕਰਦੇ ਸੀਗੇ ਉਹ ਕਹਿਣ ਲੱਗੀ ਕਿ ਪਤਾ ਨਹੀਂ ਕਿੱਥੋਂ ਆ ਬੜਿਆ ਹੈਗਾ ਜਦੋਂ ਤਾ ਤੂੰ ਬਾਹਰ ਗਿਆ ਸੀ ਤੈਨੂੰ ਕਿਸੇ ਨੇ ਝੱਲਿਆ ਨਹੀਂ ਇਹ ਤਦਕ ਕਈ ਐਸੇ ਸ਼ਬਦ ਬੋਲੇ ਆ ਜਿਨ੍ਹਾਂ ਨੂੰ ਸੁਣ ਤੋਂ ਬਾਅਦ ਬਾਬਾ ਜੀ ਦਾ ਮਨ ਜਿਹੜਾ ਸੁਗਣਾ ਅੰਦਰੋਂ ਬਹੁਤ ਦੁਖੀ ਹੋਇਆ ਸੀਗਾ ਸੋ ਉਸ ਟਾਈਮ ਸੰਤ ਬਾਬਾ ਮਹਾਰ ਨਾਮ ਸੁਣ ਹੁਣੇ ਜਿਹੜੇ ਸੀਗੇ ਉਹ ਦੱਸਦੇ ਸੀਗੇ ਕਿ ਇਹ ਸ਼ਬਦ ਸਾਡੇ ਮਨ ਨੂੰ ਪੂਰੀ ਤਰ੍ਹਾਂ ਜੀਰ ਗਏ ਸੀਗੇ ਤੇ ਸਾਡੇ ਮੂੰਹੋਂ ਤੇ ਉਸ ਟਾਈਮ ਇਹੋ ਹੀ ਜਿਹੜੀ ਆਵਾਜ਼ ਨਿਕਲੀ ਕਿ ਹੇ ਨਿਰੰਕਾਰ ਕੀ ਤੂੰ ਇਸੇ ਹੀ ਜਿਹੜੇ ਲਫ਼ਜ਼ਾਂ ਨੂੰ ਸੁਣਨ ਵਾਸਤੇ ਸਾਨੂੰ ਘਰ ਦੇ ਵਿੱਚ ਬਿਠਾ ਲਿਆ ਹੈਗਾ ਜਦ ਕਹਿੰਦੇ ਇੰਨੀ ਗੱਲ ਹੋਈ ਸੀ ਤਾਂ ਅਸੀਂ ਉਸੇ ਟਾਈਮ ਆਪਣੇ ਪੈਰ ਦੇ ਬਲ ਦੇ ਨਾਲ ਜਿਸ ਮੰਜੀ ਤੇ ਪਏ ਸੀ ਹਨਾ ਮੰਜੀ ਦੇ ਬਾਹਿਆਂ ਦੇ ਨਾਲ ਜ਼ੋਰ ਨਾਲ ਲਾਇਆ ਤੇ ਸਾਡਾ ਜਿਹੜਾ ਸਰੀਰ ਸੀਗਾ ਉਹ ਇੰਨਾ ਜ਼ੋਰ ਫੜ ਗਿਆ ਸੀਗਾ ਕਿ ਮੰਜੀ ਦੇ ਜਿਹੜੇ ਸਾਰੀਆਂ ਬਾਈਆਂ ਸੀਗੀਆਂ ਟੁੱਟ ਗਈਆਂ ਸੀ ਜਦ ਮੰਜੀ ਦੀਆਂ ਬਾਈਆਂ ਟੁੱਟੀਆਂ ਤਾਂ ਸਾਡਾ ਸਰੀਰ ਜੱਕਦਮੇ ਗੰਢ ਦੇ ਵਿੱਚੋਂ ਬਾਹਰ ਖੁੱਲ ਗਿਆ ਸੀਗਾ ਤੇ ਅਸੀਂ ਉੱਠ ਕੇ ਬੈਠ ਗਏ ਜਦ ਉੱਠ ਕੇ ਬੈਠ ਗਏ ਤੇ ਕਹਿੰਦੇ ਕੋਲ ਹੀ ਥੱਲੇ ਇੱਕ ਬੋਰੀ ਪਈ ਸੀ ਅਸੀਂ ਹਨਾ ਬੋਰੀ ਤੇ ਬੈਠ ਗਏ ਤੇ ਜਦ ਬੋਰੀ ਤੇ ਬੈਠ ਗਏ ਤਾਂ ਜਿਹੜੇ ਘਰ ਦੇ ਸਾਰੇ ਜੀ ਸੀਗੇ ਬੜੇ ਹੈਰਾਨ ਹੋ ਗਏ ਵੀ ਇਹ ਤਾਂ ਕਦੀ ਉੱਠ ਬੈਠ ਨਹੀਂ ਸੀ ਸਕਦਾ ਇਹ ਜੱਕਦਮ ਕੇ ਮੈਂ ਠੀਕ ਹੋ ਗਿਆ ਪਰ ਅਚੰਚਿਤ ਇਹਨਾਂ ਦੀ ਮਾਤਾ ਜੀ ਜਦ ਆ ਗਏ ਬਾਹਰੋਂ ਤਾਂ ਉਹਨਾਂ ਨੇ ਦੇਖਿਆ ਕਿ ਮਸਤਾਨਾ ਮੰਜੀ ਜਿਹੜੀ ਟੁੱਟੀ ਪਈ ਹੈ ਤੇ ਮੰਜੀ ਤੋਂ ਥੱਲੇ ਬੋਰੀ ਤੇ ਬੈਠਾ ਹੈਗਾ ਤੇ ਮਾਂ ਜਿਹੜੀ ਸੀ ਇੱਕਦਮ ਦੇਖ ਕੇ ਬੋਲੀ ਕਹਿੰਦੀ ਤੈਨੂੰ ਕਿਹਨੇ ਠੀਕ ਕਰ ਦਿੱਤਾ ਹੈਗਾ ਮਸਤਾਨਿਆ ਜ਼ਿਆਦਾ ਗੱਲ ਹੋਈ ਤੇ ਬਾਬਾ ਜੀ ਕੁਛ ਨਹੀਂ ਬੋਲੇ ਪਰ ਉਸ ਤੋਂ ਬਾਅਦ ਫਿਰ ਬਾਬਾ ਜੀ ਜਿਹੜੇ ਸੀਗੇ ਉਹ ਤੁਰਨ ਫਿਰਨ ਜੋਗੇ ਹੋ ਗਏ ਸੀਗੇ ਉਸ ਤੋਂ ਬਾਅਦ 15 ਦਿਨ ਬਾਬਾ ਜੀ ਘਰ ਰਹੇ ਆ ਤੇ 15 ਦਿਨ ਫਿਰ ਮਾਤਾ ਜੀ ਨੇ ਖੂਬ ਸੇਵਾ ਕੀਤੀ ਹੈ ਤੇ ਬਾਬਾ ਜੀ ਫਿਰ ਅੰਦਰ ਬਾਹਰ ਜਾਣ ਲੱਗ ਪਏ ਸੀਗੇ ਜਦੋਂ ਸਰੀਰ ਮਹਾਪੁਰਖਾਂ ਦਾ ਖੁੱਲ ਗਿਆ ਸੀਗਾ ਫਿਰ 15 ਦਿਨ ਬਾਅਦ ਫਿਰ ਬਾਬਾ ਜੀ ਨੇ ਆਪ ਆਪਣੀ ਮਾਤਾ ਜੀ ਨੂੰ ਆਖਿਆ ਸੀ ਇਹ ਕਹਿੰਦੇ ਮਾਤਾ ਹੁਣ ਸਾਨੂੰ ਇਜਾਜ਼ਤ ਦਿਓ ਅਸੀਂ ਹੁਣ ਘਰ ਨਹੀਂ ਰਹਿਣਾ ਹੈਗਾ ਤੇ ਮਾਤਾ ਨੇ ਪੁੱਛਿਆ ਕਿ ਤੂੰ ਇੰਨੇ ਚਿਰ ਬਾਅਦ ਘਰ ਆ ਗਿਆ ਹੈਗਾ ਤੇ ਮੈਂ ਤੈਨੂੰ ਘਰੋਂ ਬਾਹਰ ਜਾਣ ਨਹੀਂ ਦੇਣਾ ਪਰ ਬਾਬਾ ਜੀ ਨੇ ਫਿਰ ਆਪਣੀ ਵੱਡੀ ਪਰਚਾਈ ਤੇ ਜਿਹੜੀ ਦਿੱਥੇ ਉਹ ਮਿਹਣੇ ਸੀਗੇ ਉਹਦੀ ਸਾਰੀ ਗੱਲਬਾਤ ਆਪਣੇ ਮਾਤਾ ਜੀ ਨਾਲ ਸਾਂਝੀ ਕਰ ਲਈ ਸੀ ਕਿਉਂਕਿ ਮਹਾਪੁਰਖ ਜਿਹੜੇ ਸੀਗੇ ਉਹ ਜ਼ਿਆਦਾ ਗੱਲਬਾਤ ਜਿਹੜੀ ਸੀ ਉਹ ਆਪਣੇ ਮਾਤਾ ਜੀ ਦੇ ਨਾਲ ਹੀ ਕਰਦੇ ਸੀਗੇ ਤੇ ਕੋਈ ਲੁਕ ਲੁਕੋ ਨਹੀਂ ਸੀ ਰੱਖਦੇ ਸੋ ਆਪਣੀ ਵੱਡੀ ਪਰਜਾਈ ਦੇ ਮਿਹਣੇ ਤੈਣੇ ਜਿਹੜੇ ਸੀਗੇ ਜਦੋਂ ਮਾਤਾ ਜੀ ਨੇ ਜਿਹੜੇ ਸੀਗੇ ਬਾਬਾ ਜੀ ਦੇ ਮੂੰਖੋਂ ਸੁਣਿਆ ਤੇ ਮਾਤਾ ਜੀ ਸੁਣ ਕੇ ਜਿਹੜੇ ਸੀਗੇ ਚੁੱਪ ਕਰ ਗਏ ਫਿਰ ਬਾਬਾ ਜੀ ਨੇ ਕਿਹਾ ਸੀਗਾ ਕਿ ਅਸੀਂ ਹੁਣ ਘਰ ਨਹੀਂ ਰਹਿਣਾ ਤੂੰ ਸਾਨੂੰ ਹੁਣ ਖੁਸ਼ੀ ਦੇ ਨਾਲ ਦੁਬਾਰਾ ਫਿਰ ਤੋਰ ਦੇ ਫਿਰ ਦੇਖੋ ਮਾਤਾ ਜੀ ਨਾ ਚਾਹੁੰਦੇ ਹੋਈ ਵੀ ਬਾਬਾ ਜੀ ਨੂੰ ਤੋਰ ਦੇ ਵਿੱਚ ਫਿਰ ਰਾਜੀ ਹੋ ਗਏ ਸੀਗੇ ਜਾਣ ਲੱਗੇ ਫਿਰ ਮਾਤਾ ਜੀ ਨੇ ਇੱਕ ਚਾਦਰ ਬਾਬਾ ਜੀ ਨੂੰ ਦਿੱਤੀ ਇੱਕ ਤੋਤੀ ਦਿੱਤੀ ਤੇ ਇੱਕ ਜਿਹੜਾ ਸੀ ਕੁੜਤਾ ਦਿੱਤਾ ਉਸ ਤੋਂ ਬਾਅਦ ਥੋੜਾ ਦੇਸੀ ਕੇ ਜਿਹੜਾ ਸੀਗਾ ਕੁਝੇ ਚ ਪਾਤਾ ਜਦੋਂ ਸਾਰੀ ਤਿਆਰੀ ਹੈ ਨਾ ਬਾਬਾ ਜੀ ਦੀ ਕਰ ਦਿੱਤੀ ਨਾਲ ਰੋਟੀ ਵੀ ਬੰਨੀ ਮਾਤਾ ਜੀ ਨੇ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਆਪਣੀ ਮਾਤਾ ਨੂੰ ਕਿਹਾ ਕਿ ਇਸ ਤਰ੍ਹਾਂ ਕਰੋ ਸਾਨੂੰ ਇੱਕ ਹੈ ਨਾ ਬਿੰਗੀ ਵਿੱਚ ਜਿੱਥੋਂ ਅਸੀਂ ਐ ਸਾਨੂੰ ਉੱਥੇ ਛੱਡ ਦਿਓ ਬਾਕੀ ਅਸੀਂ ਆਪੇ ਸਾਰਾ ਕੁਝ ਸੰਭਾਲ ਲਵਾਂਗੇ ਦੇਖੋ ਫਿਰ ਮਾਤਾ ਜੀ ਨੇ ਇੱਕ ਬਿੰਗੀ ਵਾਲਾ ਜਿਹੜਾ ਬੰਦਾ ਬੁਲਾਇਆ ਉਹਦੇ ਵਿੱਚ ਫਿਰ ਬਾਬਾ ਜੀ ਨੂੰ ਬਿਠਾ ਕੇ ਜਿੱਥੇ ਮਾਹ ਪੁਰਖ ਨੇ ਕਿਹਾ ਸੀਗਾ ਉਹ ਬਿੰਗੀ ਵਾਲਾ ਉੱਥੇ ਛੱਡਿਆ। ਜਾਂ ਛੱਡਿਆ ਤੇ ਉੱਥੇ ਨਾ ਬਾਬਾ ਜੀ ਜਿਹੜੇ ਸੀਗੇ ਇੱਕ ਫਿਰ ਛੱਪੜ ਦੇ ਕੰਡੇ ਜਿਹੜੇ ਸੀਗੇ ਢੋਲ ਆ ਕੇ ਬੈਠ ਗਏ ਤੇ ਉੱਥੇ ਫਿਰ ਬਾਬਾ ਜੀ ਜਿਹੜੇ ਸੀਗੇ ਆਪ ਭਜਨ ਸਿਮਰਨ ਕਰਦੇ ਰਹੇ ਆ। ਜਾਂ ਕੁਝ ਦਿਨ ਇਸ ਤਰ੍ਹਾਂ ਭਜਨ ਸਿਮਰਨ ਕਰਨਾ ਜਦ ਕਈਆਂ ਰਾਹਗਿਰੀਆਂ ਨੇ ਬਾਬਾ ਜੀ ਨੂੰ ਦੇਖਣਾ। ਕਈਆਂ ਆ ਕੇ ਬਾਬਾ ਜੀ ਨੂੰ ਕੋਈ ਨਾ ਕੋਈ ਜਣੀ ਪ੍ਰਸ਼ਾਦਾ ਪਾਣੀ ਜਾਂ ਕੋਈ ਚੀਜ਼ ਛਕਾ ਦੇਣੀ। ਤੇ ਕਈ ਕਈ ਜਦਨ ਜਿਹੜੇ ਸੀ ਉਹ ਬਾਬਾ ਜੀ ਦੇ ਪਾਸ ਕਿਸੇ ਨੇ ਆਉਣਾ ਵੀ ਨਹੀਂ ਤੇ ਫਿਰ ਬਾਬਾ ਜੀ ਨੇ ਆਪ ਹੀ ਕਈ ਵਾਰ ਜਿਹੜੀ ਸੀ ਕਿ ਤੁਰ ਫਿਰ ਕੇ ਜਦ ਕਿਤੇ ਜਿਆਦਾ ਭੁੱਖ ਨੇ ਤੰਗ ਕਰਨਾ ਤੇ ਆਪ ਜਿਹੜੀ ਸੀ ਉਹ ਮੰਗ ਕੇ ਕਿਸੇ ਗ੍ਰਸਤੀ ਦੇ ਕੋਲ ਜਿਹੜਾ ਸੀਗਾ ਥੋੜਾ ਬਹੁਤਾ ਪ੍ਰਸ਼ਾਦਾ ਜਿਹੜਾ ਸੀ ਸ਼ਕ ਲੈਣਾ ਉਸ ਤੋਂ ਬਾਅਦ ਫਿਰ ਬਾਬਾ ਜੀ ਜਿਉਂ ਉੱਥੋਂ ਤੁਰਿਆ ਤੁਰਦੇ ਤੁਰਦੇ ਉਹ ਜਗਾ ਛੱਡ ਦਿੱਤੀ ਆ ਅੱਗੇ ਨਿਕਲੇ ਆ ਜਦ ਅੱਗੇ ਨਿਕਲੇ ਆ ਤੇ ਇੱਕ ਕੋਈ ਜ਼ਿੰਮੇਦਾਰ ਜਿਹੜਾ ਸੀਗਾ ਗੱਡਾ ਲੈ ਕੇ ਆਉਂਦਾ ਸੀ ਜੇ ਤੋ ਰਸਤੇ ਵਿੱਚ ਬਾਬਾ ਜੀ ਨੂੰ ਮਿਲਿਆ ਤੇ ਮਹਾਪੁਰਖਾਂ ਨੂੰ ਉਹ ਕਹਿਣ ਲੱਗਾ ਕਿ ਮਹਾਪੁਰਖ ਤੁਸੀਂ ਕਿੱਥੇ ਜਾਣਾ ਹੈ ਤੇ ਬਾਬਾ ਜੀ ਨੇ ਉਹਨੂੰ ਸੁੱਤੇ ਸੇ ਦੀ ਜਵਾਬ ਦਿੱਤਾ ਕਿ ਅਸੀਂ ਆਨੰਦਪੁਰ ਸਾਹਿਬ ਜਾਣਾ ਹੈ ਯਾਦ ਇਹਨੀ ਗੱਲ ਹੋਈ ਤੋਂ ਕਹਿਣ ਲੱਗਾ ਕਿ ਨੰਦਪੁਰ ਸਾਹਿਬ ਤੋਂ ਇੱਥੋਂ ਬਹੁਤ ਦੂਰ ਹੈ ਮੈਂ ਕਪੂਰਥਲੇ ਤੱਕ ਜਾਣਾ ਹੈਗਾ ਤੇ ਮੈਂ ਚਾਹੁੰਦਾ ਹਾਂਗਾ ਕਿ ਚਲੋ ਤੁਹਾਡਾ ਕੁਝ ਨਾ ਕੁਝ ਢਾਡੀ ਜਿਹੜੀ ਹੈ ਮੈਂ ਮਦਦ ਕਰ ਸਕਾਂ ਇਸ ਕਰਕੇ ਤੁਸੀਂ ਹਨਾ ਮੇਰੇ ਗੱਡੇ ਤੇ ਬੈਠ ਜਾਓ ਪਰ ਬਾਬਾ ਜੀ ਨੇ ਕਿਹਾ ਕਿ ਨਹੀਂ ਸਾਨੂੰ ਗੱਡੇ ਤੇ ਬਹਿਣ ਦੀ ਕੋਈ ਜ਼ਰੂਰਤ ਨਹੀਂ ਆ ਤੂੰ ਜੋ ਆਪਣਾ ਕੰਮ ਕਰਨਾ ਹੈ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰ ਪਰ ਉਹ ਸੱਜਣ ਦੇ ਜ਼ਿਆਦਾ ਜ਼ੋਰ ਦੇਣ ਦੇ ਉੱਤੇ ਫਿਰ ਬਾਬਾ ਜੀ ਜਿਹੜੇ ਉਹਦੇ ਗੱਡੇ ਤੇ ਬੈਠ ਗਏ ਯਾਰ ਗੱਡੇ ਤੇ ਬੈਠੇ ਤਾਂ ਉਹ ਜਿਹੜਾ ਜ਼ਿਮੀਦਾਰ ਸੀਗਾ ਬਾਬਾ ਜੀ ਨੂੰ ਕਹਿਣ ਲੱਗਾ ਕਿ ਤੂੰ ਤੁਸੀਂ ਗੱਡੇ ਦੇ ਉੱਪਰ ਨਾ ਬੈਠੋ ਇਸ ਮੰਜੀ ਤੇ ਬੈਠ ਜਾਓ ਪਰ ਬਾਬਾ ਜੀ ਨੇ ਕਿਹਾ ਕਿ ਜੇ ਮੈਂ ਅਸੀਂ ਤੇਰੀ ਮੰਜੀ ਤੇ ਬੈਠਾਂਗੇ ਤੇ ਤੂੰ ਸਾਡੇ ਤੋਂ ਪਾੜਾ ਮੰਗੇਗਾ ਪਰ ਸਾਡੇ ਪਾਸ ਤੈਨੂੰ ਪਾੜਾ ਦੇਣ ਵਾਸਤੇ ਕੋਈ ਪੈਸਾ ਨਹੀਂ ਹੈ ਫਿਰ ਉਸ ਜ਼ਿਮੀਦਾਰ ਨੇ ਬਾਬਾ ਜੀ ਨੂੰ ਕਿਹਾ ਕਿ ਮੈਂ ਪਾੜਾ ਨਹੀਂ ਮੰਗਦਾ ਕਿਉਂਕਿ ਮੈਨੂੰ ਲੱਗਦਾ ਕਿ ਤੁਹਾਡਾ ਸਰੀਰ ਕਾਫੀ ਕਮਜ਼ੋਰ ਆ ਤੇ ਤੁਸੀਂ ਹੌਲੀ-ਹੌਲੀ ਤੁਰਦੇ ਆ ਇਸ ਕਰਕੇ ਮੰਜੀ ਦੇ ਉੱਤੇ ਜਦ ਤੁਸੀਂ ਬੈਠੋਗੇ ਤੁਹਾਡੇ ਸਰੀਰ ਨੂੰ ਕਾਫੀ ਆਰਾਮ ਰਹੇਗਾ ਸੋ ਬਾਬਾ ਜੀ ਨੇ ਫੇ ਉਹਦੀ ਗੱਲ ਜਿਹੜੀ ਸੀਗੇ ਸੁਣ ਕੇ ਤਾਂ ਆਪ ਫੇ ਮਾਪੁਰਖ ਜਿਹੜੇ ਸੀਗੇ ਉਹ ਮੰਜੀ ਤੇ ਬੈਠ ਗਏ ਤੇ ਉਹ ਮੋਹਰੇ ਬੈਠ ਕੇ ਹੌਲੀ ਹੌਲੀ ਗੱਡਾ ਹੱਕਾ ਲਾ ਰਿਹਾ ਇਸ ਤਰ੍ਹਾਂ ਕਰਦੇ ਕਰਦੇ ਜਦ ਕਾਫੀ ਜਿਹੜਾ ਟਾਈਮ ਸੀਗਾ ਇਸ ਤਰ੍ਹਾਂ ਨਿਕਲਿਆ ਤੇ ਉਹ ਜ਼ਿਮੀਦਾਰ ਬਾਬਾ ਜੀ ਨੂੰ ਕਹਿਣ ਲੱਗਾ ਕਿ ਲੱਗਦਾ ਹੈਗਾ ਕਿ ਕਾਫੀ ਸਮਾਂ ਹੋ ਗਿਆ ਆਪਾਂ ਨੂੰ ਤੁਰਦੇ ਆਂ ਕਿਉਂਕਿ ਜਿਹੜਾ ਕਪੂਰਸਣਾ ਹੈਗਾ ਉਹ ਆਉਣ ਦੇ ਵਿੱਚ ਥੋੜਾ ਟਾਈਮ ਹੈਗਾ ਤੇ ਆਪਾਂ ਇਸ ਤਰ੍ਹਾਂ ਕਰਦੇ ਆਂ ਕਿ ਥੋੜਾ ਟਾਈਮ ਆਪ ਵੀ ਆਰਾਮ ਕਰ ਲੈਂਦੇ ਆਂ ਤੇ ਨਾਲੇ ਬੌਲ ਦਾ ਨੂੰ ਵੀ ਆਰਾਮ ਕਰਾ ਦਿੰਨੇ ਆਂ ਇਹ ਸੋਚ ਕੇ ਉਸ ਜ਼ਿਮੀਦਾਨੇ ਜਿਹੜਾ ਗੱਡਾ ਸੀਗਾ ਇੱਕ ਦਰਖਤ ਦੇ ਥੱਲੇ ਜਿਹੜਾ ਸੀਗਾ ਉਹ ਖੜਾ ਕਰ ਦਿੱਤਾ ਤੇ ਜਿਹੜੇ ਬੋਲ ਦੇ ਸੀਗੇ ਖੋਲ ਦਿੱਤੇ ਤੇ ਆਪ ਜਿਹੜਾ ਸੀਗਾ ਦਰਖਤ ਦੇ ਥੱਲੇ ਚਾਦਰ ਲੈ ਕੇ ਜਦੋਂ ਲੰਮਾ ਪੈਣ ਲੱਗਾ ਤੇ ਬਾਬਾ ਜੀ ਨੇ ਕਿਹਾ ਕਿ ਤੂੰ ਇਸ ਦਰਖਤ ਦੇ ਥੱਲੇ ਲੰਮਾ ਨਾ ਪੈ ਤੂੰ ਇਸ ਤਰ੍ਹਾਂ ਕਰ ਜਿਹੜੀ ਮੰਜੀ ਆ ਗੱਡੇ ਦੀ ਉਹ ਤੇ ਲੰਮਾ ਪੈ ਜਾ ਔਰ ਉਸ ਜੀਮੀਦਾਰ ਨੇ ਪਿਆਰ ਦੇ ਨਾਲ ਬਾਬਾ ਜੀ ਬਾਬਾ ਜੀ ਕੋਲ ਤੱਕਿਆ ਤੇ ਕਹਿਣ ਲੱਗਾ ਜੀ ਇਹ ਮੰਜੀ ਤਾਂ ਹੁਣ ਤੁਹਾਡੇ ਵਾਸਤੇ ਹੈ ਤੁਸੀਂ ਆਰਾਮ ਨਾਲ ਬੈਠੋ ਨਾਲੇ ਤੁਸੀਂ ਮੰਜੀ ਤੇ ਬੈਠੋਗੇ ਤੇ ਤੁਹਾਡੀ ਨਜ਼ਰ ਵੀ ਵਾਲ ਵਾਲੇ ਰਹੇਗੀ ਤੇ ਮੈਂ ਥੱਲੇ ਹੀ ਪੁੰਜੇ ਸੌਂ ਜਾਂਦਾ ਹਾਂ ਬਸ ਕੁਝ ਟਾਈਮ ਸੌਂ ਕੇ ਮੈਂ ਆਪਣੀ ਥਕਾਵਟ ਲੈ ਕੇ ਦੁਬਾਰਾ ਆਪਾਂ ਇਥੋਂ ਤੁਰ ਪੈਂਦੇ ਹਾਂ ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਕਹਿਣ ਲੱਗੇ ਚੱਲ ਤੇਰੀ ਮਰਜ਼ੀ ਪਰ ਉਹ ਜ਼ਿੰਮੇਦਾਰ ਕਹਿਣ ਲੱਗਾ ਕਿ ਮੇਰੇ ਪਾਸ ਥੋੜੀਆਂ ਰੋਟੀਆਂ ਹੈਗੀਆਂ ਇਸ ਕਰਕੇ ਮੈਂ ਇਸ ਤਰ੍ਹਾਂ ਕਰਦਾ ਕਿ ਇੱਕ ਦੋ ਰੋਟੀਆਂ ਸ਼ੱਕ ਲੈਂਦਾ ਤੁਸੀਂ ਵੀ ਰੋਟੀ ਖਾ ਲਓ ਪਰ ਬਾਬਾ ਜੀ ਨੇ ਆਖਿਆ ਕਿ ਮੈਨੂੰ ਭੁੱਖ ਨਹੀਂ ਹੈ ਤੂੰ ਰੋਟੀ ਸ਼ੱਕ ਲੈ ਪਰ ਉਸ ਜ਼ਿੰਮੇਦਾਰ ਨੇ ਫਿਰ ਵੀ ਦੋ ਰੋਟੀਆਂ ਜਿਹੜੀਆਂ ਸੀ ਉਹ ਬਾਬਾ ਜੀ ਦੇ ਅੱਗੇ ਰੱਖ ਕੇ ਸਬਜ਼ੀ ਰੱਖ ਕੇ ਕਹਤਾ ਕਿ ਤੁਸੀਂ ਇਸ ਤਰ੍ਹਾਂ ਕਰੋ ਜੇ ਤੁਹਾਨੂੰ ਹੁਣ ਭੁੱਖ ਨਹੀਂ ਹੈਗੀ ਆ ਤੇ ਤੁਸੀਂ ਹੈਨਾ ਜਦ ਭੁੱਖ ਲੱਗੂਗੀ ਬਾਅਦ ਚ ਸ਼ੱਕ ਲਓ ਇੱਕ ਇੱਕ ਉਸੇ ਹੀ ਜ਼ਿੰਮੇਦਾਰ ਨੇ ਇੱਕ ਬਾਬਾ ਜੀ ਦੀ ਚਾਦਰ ਦੇ ਕੋਨੇ ਦੇ ਨਾਲ ਜਿਹੜੀ ਸੀ ਉਹ ਦੋ ਰੋਟੀਆਂ ਬੰਨ ਦਿੱਤੀਆਂ ਜਦ ਚਾਦਰ ਦੀ ਲੜ ਦੇ ਨਾਲ ਦੋ ਰੋਟੀਆਂ ਬੰਨ ਤੇ ਆਪ ਉਹ ਜ਼ਿੰਮੇਦਾਰ ਜਿਹੜੀ ਸੀ ਪ੍ਰਸ਼ਾਦਾ ਪਾਣੀ ਛੱਕ ਕੇ ਜਦ ਰੱਖ ਦੇ ਥੱਲੇ ਸੁੱਤਾ ਅਚਨਚੇ ਦੀ ਜਾਗ ਖੁੱਲੀ ਉਹਨੇ ਕੀ ਦੇਖਿਆ ਕਿ ਬਾਬਾ ਜੀ ਤਾਂ ਮੰਜੀ ਦੇ ਉੱਤੇ ਜਿਹੜੇ ਸੀ ਅੱਖਾਂ ਮੀਟ ਕੇ ਧਿਆਨ ਮੁਖਤ ਬੈਠੇ ਆ ਪਰ ਉਹਦਾ ਇੱਕ ਬੋਲ ਜਿਹੜਾ ਸੀਗਾ ਜ਼ਿਮੀਂਦਾਰ ਦਾ ਉਹ ਜ਼ਮੀਨ ਤੇ ਲੇਟ ਰਿਹਾ ਸੀਗਾ ਜਦੋਂ ਉਹਨੇ ਬੋਲ ਨੂੰ ਲੇਟਦਾ ਦੇਖਿਆ ਉਹ ਜੱਕ ਦਾਮ ਜ਼ਿਮੀਂਦਾਰ ਘਬਰਾ ਕੇ ਬੋਲ ਦੇ ਪਾਸੇ ਦੌੜਿਆ ਜਦ ਕੀ ਦੇਖਿਆ ਤੇ ਉਸ ਜ਼ਿਮੀਂਦਾਰ ਨੇ ਮਹਿਸੂਸ ਕੀਤਾ ਕਿ ਇਹ ਬੋਲ ਦੇ ਪੇਟ ਦੇ ਵਿੱਚ ਭਾਰੀ ਦਰਦ ਹੋ ਰਹੀ ਹੈ ਜਿਸ ਕਰਕੇ ਉਹ ਦਰਦ ਨਾ ਸਹਾਰਦਾ ਹੋਇਆ ਹੈ ਨਾ ਉਹ ਲੇਟ ਰਿਹਾ ਹੈਗਾ ਜਦੋਂ ਉਸ ਜ਼ਿਮੀਂਦਾਰ ਨੇ ਬੋਲ ਨੂੰ ਇਸ ਤਰ੍ਹਾਂ ਲੇਟਦੇ ਦੇਖਿਆ ਤੋ ਜ਼ਿਮੀਂਦਾਰ ਉੱਚੀ ਉੱਚੀ ਜਿਹੜੀ ਦੁਹਾਈਆਂ ਪਾ ਕੇ ਰੋਣ ਲੱਗਾ ਉਹਦੀ ਰੋਣ ਦੀ ਆਵਾਜ਼ ਸੁਣ ਕੇ ਬਾਬਾ ਜੀ ਨੇ ਨੇਤਰ ਖੋਲੇ ਤੇ ਉਸ ਜ਼ਿਮੀਂਦਾਰ ਨੂੰ ਪੁੱਛਿਆ ਕੀ ਹੋਇਆ ਤੇ ਉਸ ਜ਼ਿਮੀਂਦਾਰ ਨੇ ਰੋਂਦੇ ਹੋਏ ਆਖਿਆ ਕਿ ਇਹ ਜਿਹੜਾ ਬੋਲ ਦੇ ਹੈਗਾ ਇਸ ਨੂੰ ਮੈਂ ਕਰਜ਼ੇ ਤੇ ਲਿਆ ਹੈਗਾ ਵਿਆਜ ਚੱਕ ਕੇ ਜਿਹੜਾ ਹੈਗਾ ਇਸ ਬੋਲ ਦੇ ਖਰੀਦਿਆ ਪਰ ਲੱਗਦਾ ਹੈਗਾ ਕਿ ਇਹ ਬੋਲ ਜਿਹੜਾ ਹੈ ਨਾ ਹੁਣ ਬਚੂਗਾ ਨਹੀਂ ਆ ਕਿਉਂਕਿ ਮੈਨੂੰ ਲੱਗਦਾ ਕਿ ਇਹ ਦੇ ਅੰਦਰ ਕਾਫੀ ਦਰਦ ਹੋ ਰਹੀ ਆ ਤੇ ਇਹ ਹੁਣ ਬੋਲ ਦੇ ਮਰ ਗਿਆ ਤੇ ਮੈਂ ਆਪਣੇ ਬੱਚੇ ਕਿਵੇਂ ਪਾਲਾਂਗਾ ਕਿਉਂਕਿ ਮੇਰੀ ਤਾਂ ਜਿਹੜੀ ਜ਼ਮੀਨ ਆ ਉਹ ਵੀ ਗਹਿਣੇ ਪਈ ਹੈਗੀ ਆ ਤੇ ਮੇਰਾ ਮੁਕਦਮਾ ਮਾ ਵੀ ਕਪੂਰ ਥਰੇ ਚੱਲਦਾ ਹੈਗਾ ਤੇ ਇਸ ਕਰਕੇ ਮੈਂ ਤਾਂ ਕਿਸੇ ਜੋਗਾ ਨਹੀਂ ਰਹੂੰਗਾ ਜਦੋਂ ਉਸ ਜ਼ਿਮੀਂਦਾਰ ਨੇ ਇਸ ਤਰ੍ਹਾਂ ਬਰਲਾਪ ਕਰਕੇ ਬਾਬਾ ਜੀ ਨੂੰ ਆਪਣੀ ਜਿਹੜੀ ਮਜਬੂਰੀ ਸਾਰੀ ਦੱਸੀ ਤਾਂ ਫਿਰ ਉਸ ਟਾਈਮ ਬਾਬਾ ਜੀ ਦੇ ਮਨ ਦੇ ਵਿੱਚ ਬੜੀ ਦਇਆ ਹੈ ਉਸ ਜ਼ਿਮੀਂਦਾਰ ਦੇ ਪ੍ਰਤੀ ਤੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਜਿਹੜੀਆਂ ਤੂੰ ਦੋ ਰੋਟੀਆਂ ਸਾਨੂੰ ਦਿੱਤੀਆਂ ਉਹ ਕਿੱਥੇ ਆ ਤਾਂ ਫਿਰ ਉਸ ਜ਼ਿਮੀਂਦਾਰ ਨੇ ਕਿਹਾ ਜੀ ਉਹ ਤਾਂ ਮੈਂ ਤੁਹਾਡੇ ਲੜਦੇ ਨਾਲ ਬੰਨਿਆ ਹੈ ਤੇ ਬਾਬਾ ਜੀ ਨੇ ਕਿਹਾ ਕਿਸ ਤਰ੍ਹਾਂ ਕਰ ਉਹਦੇ ਵਿੱਚੋਂ ਇੱਕ ਰੋਟੀ ਖੋਲ ਕੇ ਹਨਾ ਇਸ ਬੋਲ ਦੇ ਮੂੰਹ ਦੇ ਵਿੱਚ ਪਾ ਦੇ ਪਰ ਉਹ ਜ਼ਿਮੀਦਾਰ ਕਹਿਣ ਲੱਗਾ ਕਿ ਮੈਂ ਇਸ ਬੋਲ ਦੇ ਮੂੰਹ ਦੇ ਵਿੱਚ ਰੋਟੀ ਕਿਵੇਂ ਪਾਵਾਂਗਾ ਇਹ ਤਾਂ ਬੋਲ ਜਿਹੜਾ ਹੈਗਾ ਉਹ ਜ਼ਮੀਨ ਦੇ ਉੱਤੇ ਬੁਰੀ ਤਰ੍ਹਾਂ ਲਟ ਰਿਹਾ ਹੈ ਪਰ ਬਾਬਾ ਜੀ ਕਹਿਣ ਲੱਗੇ ਨਹੀਂ ਤੂੰ ਫਿਰ ਵੀ ਹਨਾ ਆ ਰੋਟੀ ਕੋਲ ਕੇ ਇੱਕ ਰੋਟੀ ਹਨਾ ਇਸ ਬੋਲ ਦੇ ਮੂੰਹ ਚ ਪਾ ਦੇ ਤਾਂ ਉਹ ਆਪੇ ਜਿਹੜਾ ਹੈਗਾ ਉਹ ਬੋਲ ਤੇਰੀ ਰੋਟੀ ਖਾ ਲਊਗਾ ਫੇਰ ਉਸ ਜ਼ਿਮੀਦਾਰ ਨੇ ਬਾਬਾ ਜੀ ਦੇ ਲੜ ਤੋਂ ਜਿਹੜੀਆਂ ਦੋ ਰੋਟੀਆਂ ਬਨੀਆਂ ਸੀਗੀਆਂ ਉਹ ਚੋਂ ਇੱਕ ਰੋਟੀ ਖੋਲ ਕੇ ਜਦ ਉਹ ਜਿਹੜੀ ਸੀ ਬੋਲ ਦੇ ਮੂੰਹ 'ਤੇ ਕੀਤੀ ਉਸ ਬੋਲ ਨੇ ਜਿਹੜੀ ਉਹ ਰੋਟੀ ਦੇਖਦੇ ਸਾਰੇ ਆਪਣੇ ਮੂੰਹ ਦੇ ਵਿੱਚ ਪਾਈ ਜੋ ਹੀ ਬੋਲ ਨੇ ਉਹ ਰੋਟੀ ਜਿਹੜੀ ਸੀ ਆਪਣੇ ਜੇ ਅੰਦਰ ਨਗਾਈ ਤਾਂ ਉਹਦੀ ਦਰਦ ਜਿਹੜੀ ਸੀ ਜੱਕਦਮ ਗਾਇਬ ਹੋ ਗਏ ਤੇ ਇੱਕ ਐਸਾ ਕ੍ਰਿਸ਼ਨਾ ਹੋਇਆ ਕਿ ਉਹ ਬੋਲ ਜਿਹੜਾ ਸੀ ਜੱਕਦਮ ਉੱਠ ਕੇ ਖੜਾ ਹੋ ਗਿਆ ਜਦ ਖੜਾ ਹੋ ਗਿਆ ਤਾਂ ਬਾਬਾ ਜੀ ਨੇ ਫਿਰ ਉਸ ਜ਼ਿਮੀਦਾਰ ਨੂੰ ਕਿਹਾ ਕਿ ਇਹਨੇ ਪਾਈ ਹੁਣ ਤੂੰ ਚੁੱਪ ਕਰਕੇ ਆਰਾਮ ਕਰ ਲੈ ਹੁਣ ਬੋਲ ਤੇਰਾ ਠੀਕ ਹੈ ਇਹਨੂੰ ਕੁਝ ਨਹੀਂ ਹੁੰਦਾ ਪਰ ਇਹੋ ਜਿਹੜਾ ਚੰਬਾ ਕੋਤਕ ਦੇਖੋ ਜ਼ਿਮੀਂਦਾਰ ਬਾਬਾ ਜੀ ਵੱਲ ਬੜੇ ਸਤਿਕਾਰ ਦੀ ਨਜ਼ਰ ਨਾਲ ਤੱਕਣ ਲੱਗਾ ਪਰ ਸੋਚਣ ਲੱਗਾ ਕਿ ਇਹ ਕਿਵੇਂ ਹੋ ਗਿਆ ਹੈਗਾ ਇਸ ਰੋਟੀ ਵਿੱਚ ਐਸੀ ਕਿਹੜੀ ਸ਼ਕਤੀ ਸੀਗੀ ਐਸਾ ਕਿਹੜਾ ਮੰਤਰ ਸੀਗਾ ਜਿਹਦੇ ਕਰਕੇ ਜਿਹੜਾ ਸੀ ਬੋਲਦੇ ਦੀ ਦਰਦ ਜਾਂ ਜੱਕ ਦਾਮ ਠੀਕ ਹੋ ਗਏ ਪਰ ਉਹ ਬਾਬਾ ਜੀ ਦਾ ਮਨ ਸ਼ੁਕਰੀਆ ਕਰਦਾ ਹੋਇਆ ਦੁਬਾਰਾ ਦਰਖਦ ਦੇ ਥੱਲੇ ਜਾ ਕੇ ਸੌਂ ਗਿਆ ਪਰ ਵਿੱਚ ਵਿੱਚ ਫਿਕਰ ਨਾਲ ਕਰਕੇ ਹਨਾ ਉਹ ਜਦ ਅੱਖ ਖੋਲ ਕੇ ਬੋਲਦਬਲ ਦੇਖੇ ਤਾਂ ਕੀ ਦੇਖੇ ਬੋਲਦ ਰਾਮਨਾ ਜਿਹੜਾ ਸੀਗਾ ਇੱਕ ਪਾਸੇ ਬੈਠਾ ਫਿਰ ਅਗਾਲੀ ਕਰੀ ਜਾਵੇ ਤੇ ਬੜੇ ਰਾਮਨਾ ਬੈਠਾ ਸੀਗਾ ਇਹ ਦੇਖੋ ਜ਼ਿਮੀਦਾਰ ਨੂੰ ਬੜਾ ਤਰਵਾਸ ਹੋਇਆ ਪਰ ਜਦ ਜ਼ਿਮੀਦਾਰ ਦੀ ਨੀਂਦ ਜਿਹੜੀ ਆ ਕੁਝ ਟਾਈਮ ਪੂਰੀ ਹੋਈ ਉਹ ਫਿਰ ਦੁਬਾਰਾ ਜਿਹੜਾ ਸੀਗਾ ਉਹ ਗੱਡਾ ਹੱਕਣ ਲੱਗਾ ਜਦ ਗੱਡਾ ਹੱਕਦੇ ਹੱਕੇ ਤਾਂ ਕਪੂਠਰਾ ਦੇ ਕੋਲ ਜਿਹੜੇ ਸੀ ਪਹੁੰਚਣ ਲੱਗਾ ਉਸ ਜ਼ਿਮੀਦਾਰ ਨੇ ਫਿਰ ਬਾਬਾ ਜੀ ਨੂੰ ਆਖਿਆ ਕਹਿੰਦੇ ਬਾਬਾ ਜੀ ਮੇਰੇ ਮਨ ਦੇ ਵਿੱਚ ਕਈ ਪ੍ਰਸ਼ਨ ਹੈਗੇ ਆ ਮੈਂ ਆਪ ਜੀ ਨਾਲ ਸਾਂਝੇ ਕਰਨੇ ਆ ਤੇ ਬੱਬਾ ਮਾਹਰ ਨਾਮ ਸੁਣ ਹੁਣੇ ਉਹ ਕਹਿਣ ਲੱਗੇ ਵੀ ਦੱਸ ਕੀ ਗੱਲ ਆ ਉਹ ਜੀਮੇਂਦਾਰ ਕਹਿਣ ਲੱਗਾ ਕਿ ਕਦੀ ਮੇਰੇ ਦਿਨ ਵੀ ਚੰਗੇ ਆਉਣਗੇ ਤੇ ਜਦ ਇੰਨੀ ਗੱਲ ਹੋਈ ਤੇ ਬੱਬਾ ਜੀ ਕਹਿਣ ਲੱਗੇ ਕਹਿੰਦੇ ਪਾਈ ਇਨਸਾਨ ਜਿਹੜਾ ਹੰਦਾ ਉਹ ਦੁੱਖਾਂ ਸੁੱਖਾਂ ਦੋਨਾਂ ਦੇ ਵਿੱਚ ਜਿਹੜਾ ਹੈਗਾ ਉਹੋ ਕੱਪੜੇ ਪਾ ਕੇ ਸੰਸਾਰ 'ਚ ਆਉਂਦਾ ਹੈਗਾ ਕਦੀ ਦੁੱਖ ਹੁੰਦੇ ਕਦੀ ਸੁੱਖ ਹੁੰਦੇ ਆ ਪਰ ਉਹ ਜੀਮੇਦਾਰ ਕਹਿਣ ਲੱਗਾ ਜੀ ਮੈਂ ਤਾਂ ਆਪਣੀ ਸਾਰੀ ਉਮਰ ਕਦੀ ਸੁੱਖ ਨਹੀਂ ਦੇਖਿਆ ਹਮੇਸ਼ਾ ਦੁੱਖ ਹੀ ਦੇਖਿਆ ਤਾਂ ਬਾਬਾ ਜੀ ਕਹਿਣ ਲੱਗੇ ਕਹਿੰਦੇ ਕੋਈ ਗੱਲ ਨਹੀਂ ਭਾਈ ਮੇ ਤੂੰ ਵਾਹਿਗੁਰੂ ਨੂੰ ਯਾਦ ਕਰਿਆ ਕਰ ਤੇ ਦੂਸਰੀ ਗੱਲ ਇਹ ਹੈਗੀ ਆ ਕਿ ਕਿਸੇ ਆਏਗੇ ਸਾਧੂ ਸੰਤ ਦੀ ਸੇਵਾ ਕਰਿਆ ਕਰ ਜਦੋਂ ਤੂੰ ਰੱਬ ਨੂੰ ਯਾਦ ਕਰੂਗਾ ਕਿਸੇ ਸਾਧੂ ਸੰਤ ਦੀ ਸੇਵਾ ਕਰੂਗਾ ਤੇ ਇਹਦੇ ਨਾਲ ਕੀ ਹੋਊਗਾ ਕਿ ਉਹ ਵਾਹਿਗੁਰੂ ਦੀ ਰਹਿਮਤ ਹੋਊਗੀ ਤੇ ਤੇਰੇ ਚੰਗੇ ਦਿਨ ਫਿਰਨਗੇ ਯਾ ਦੇਸਤਾਨ ਦੀ ਬਿਜਾਰ ਜਿਹੜੀ ਸੀ ਉਹ ਜਾਂਦਾ ਜਾਂਦਾ ਜ਼ਿਮੀਂਦਾਰ ਤੇ ਬਾਬਾ ਜੀ ਦੀ ਆਫਿਸ ਵਿੱਚ ਹੋਈ ਆ ਫਿਰ ਜ਼ਿਮੀਂਦਾਰ ਨੇ ਕਿਹਾ ਜੀ ਅੱਜ ਮੇਰਾ ਮੁਕਦਮੇ ਦੀ ਸੁਣਵਾਈ ਹੈਗੀ ਆ ਤੇ ਮੈਨੂੰ ਲੱਗਦਾ ਕਿ ਜੇ ਅੱਜ ਮੈਂ ਇਹ ਮੁਕਦਮਾ ਹਾਰ ਗਿਆ ਹੈਗਾ ਤੇ ਮੇਰਾ ਬਹੁਤ ਭਾਰਾ ਨੁਕਸਾਨ ਹੋ ਜਾਊਗਾ ਬਾਬਾ ਜੀ ਕਹਿਣ ਲੱਗੇ ਤੂੰ ਫਿਕਰ ਨਾ ਕਰ ਜਿਸ ਕੰਮ ਨੂੰ ਮੈਂ ਤੇ ਹੱਥ ਪਾਉਂਗਾ ਤੈਨੂੰ ਸਫਲਤਾ ਮਿਲੂਗੀ ਪਰ ਉਹ ਜ਼ਮੀਦਾਰ ਕਹਿਣ ਲੱਗਾ ਬਾਬਾ ਜੀ ਜਿਸ ਵਿਅਕਤੀ ਦੇ ਨਾਲ ਮੇਰਾ ਮੁਕੱਦਮਾ ਚੱਲ ਰਿਹਾ ਹੈਗਾ ਉਹ ਜਿਹੜਾ ਵਿਅਕਤੀ ਹੈਗਾ ਬੜਾ ਧਨਾੜ ਹੈਗਾ ਪਰ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਮੁਕੱਦਮੇ ਵਿੱਚ ਕਾਮਯਾਬੀ ਮਿਲੂਗੀ ਫਿਰ ਬਾਬਾ ਜੀ ਹੱਸ ਕੇ ਕਹਿਣ ਲੱਗੇ ਉਸ ਨੂੰ ਕਹਿੰਦੇ ਭਾਈ ਤੂੰ ਇਸ ਤਰ੍ਹਾਂ ਕਰ ਅਸੀਂ ਤੇਰੇ ਹਨਾ ਆ ਜਿਹੜਾ ਗੱਡਾ ਹੈਗਾ ਇਹਦੇ ਮੰਜੇ ਤੇ ਬੈਠੇ ਹੈ ਤੂੰ ਕਚਹਿਰੀ ਜਾ ਜਾ ਕੇ ਜਦ ਤੂੰ ਵਾਪਸ ਆਉਂਗਾ ਤੇਨੂੰ ਆਪੇ ਪਤਾ ਲੱਗ ਜਾਊਗਾ ਦੇਖੋ ਜਦੋਂ ਉਹ ਗੱਡਾ ਜਿਹੜਾ ਸੀ ਕਪੂਥਲੇ ਉਹ ਕਚਹਿਰੀ ਤੇ ਲੱਗਿਆ ਉਸ ਜ਼ਿਮੀਂਦਾਰ ਨੇ ਖੜਾ ਕੀਤਾ ਬਾਬਾ ਜੀ ਮੰਜੀ ਉੱਤੇ ਬੈਠੇ ਰਹੇ ਉਹ ਜ਼ਿਮੀਂਦਾਰ ਜਦ ਕਚਹਿਰੀ ਗਿਆ ਤਾਂ ਪਹਿਲੀ ਆਵਾਜ਼ ਦੇ ਵਿੱਚ ਉਹਨੂੰ ਹਨਾ ਜੱਜ ਦੀ ਜਿਹੜੀ ਪੇਸ਼ੀ ਹੋ ਗਈ ਜਦੋਂ ਜ਼ਿਮੀਂਦਾਰ ਅੰਦਰ ਗਿਆ ਤੇ ਜੱਜ ਨੇ ਦੇਖਦੇ ਸਾਰੇ ਉਹਦੇ ਮਨ 'ਚ ਪਤਾ ਨਹੀਂ ਕੀ ਆਇਆ ਉਹਨੇ ਉਸੇ ਟਾਈਮ ਉਹ ਜਿਹੜਾ ਮੁਕੱਦਮਾ ਸਗਾ ਚੱਲਦਾ ਉਹਦਾ ਮੁਕੱਦਮੇ ਦਾ ਜਿਹੜਾ ਫੈਸਲਾ ਸਗਾ ਇਸੇ ਹੀ ਜ਼ਿਮੀਂਦਾਰ ਦੇ ਹੱਕ 'ਚ ਕਰ ਦਿੱਤਾ ਯਾਦੇ ਹੱਕ ਜੇ ਕਰਦਾ ਬਸ ਫੇਰ ਕੀ ਸੀ ਉਸ ਟਾਈਮ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ ਉਹ ਜ਼ਿਮੀਂਦਾਰ ਇੰਨਾ ਖੁਸ਼ ਹੋ ਕੇ ਨੱਠਾ ਬਾਬਾ ਜੀ ਪਾਸ ਆਇਆ ਤੇ ਆ ਕੇ ਬਾਬਾ ਜੀ ਨੂੰ ਕਹਿਣ ਲੱਗਾ ਕਿ ਮੈਨੂੰ ਤਾਂ ਇੱਥੇ ਰੱਬ ਦੇ ਪਿਆਰੇ ਲੱਗਦੇ ਆ ਕਿ ਜਦੋਂ ਦੀ ਤੁਸੀਂ ਮੇਰੇ ਨਾਲ ਆਏ ਆ ਮੇਰੇ ਸਾਰੇ ਕਾਰਜ ਜਿਹੜੇ ਆ ਉਹ ਆਟੋਮੈਟਿਕ ਪੂਰੇ ਹੋ ਗਏ ਪਹਿਲਾ ਮੇਰਾ ਬੋਲ ਠੀਕ ਹੋ ਗਿਆ ਦੂਸਰਾ ਮੈਨੂੰ ਮੁਕਦਮਾ ਵੀ ਜਿਹੜੀ ਹੈਗੀ ਆ ਉਹਦੇ ਵਿੱਚ ਫਤਿਹ ਹੋ ਗਈ ਉਹਦੇ ਵਿੱਚ ਜਿੱਤ ਪ੍ਰਾਪਤ ਹੋ ਗਈ ਆ ਜੱਜ ਇਸ ਤਰ੍ਹਾਂ ਦੀ ਵਿਚਾਰ ਜਿਹੜੀ ਸੀਗੀ ਉਸ ਜ਼ਿਮੀਂਦਾਰ ਨੇ ਬਾਬਾ ਜੀ ਦੇ ਨਾਲ ਕੀਤੀ ਤੇ ਬਾਬਾ ਜੀ ਦੀ ਵਿਚਾਰ ਸੁਣ ਕੇ ਚੁੱਪ ਕਰ ਗਏ ਪਰ ਉਸ ਤੋਂ ਬਾਅਦ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਹੁਣ ਤੇਰਾ ਕੰਮ ਤਾਂ ਜਿਹੜਾ ਹੋ ਗਿਆ ਹੈਗਾ ਹੁਣ ਅਸੀਂ ਆਪਣਾ ਕੰਮ ਕਰ ਲਈਏ ਪਰ ਜ਼ਿਮੀਂਦਾਰ ਕਹਿਣ ਲੱਗਾ ਜੀ ਮੈਂ ਸਮਝ ਨਹੀਂ ਬਾਬਾ ਜੀ ਕਹਿਣ ਲੱਗੇ ਤੂੰ ਇਸ ਤਰ੍ਹਾਂ ਕਰ ਕਿ ਤੂੰ ਹੁਣ ਜਿਹੜਾ ਵਾਪਸ ਮੁੜ ਜਾ ਅਸੀਂ ਆਪ ਅੱਗੇ ਜਿਹੜੇ ਚਲੇ ਜਾਵਾਂਗੇ ਉਸ ਤੋਂ ਬਾਅਦ ਫਿਰ ਬਾਬਾ ਜੀ ਜਿਉਂ ਤੁਰਿਆ ਉਸ ਸਥਾਨ ਨੂੰ ਛੱਡ ਕੇ ਇੱਧਰ ਹਨਾ ਉਹਨੇ ਸਭ ਪਹੁੰਚ ਗਏ ਜਦੋਂ ਉਹਨੇ ਸਾਬ ਇੱਕ ਜੰਗਲੀ ਇਲਾਕਾ ਸਗਾ ਉਹਦੇ ਵਿੱਚ ਬਾਬਾ ਜੀ ਇੱਕ ਦਾਗ ਦਾ ਢੋਲਾ ਕੇ ਬੈਠ ਗਏ ਤਾਂ ਉਸ ਟਾਈਮ ਬਾਬਾ ਜੀ ਨੇ ਆਪਣਾ ਜਿਹੜਾ ਭੇਖ ਸਗਾ ਇਸ ਇਸ ਢੰਗ ਦੇ ਨਾਲ ਬਣਾ ਲਿਆ ਕਿ ਇੱਕ ਗੋਦੜੀ ਬਾਬਾ ਜੀ ਨੇ ਜਿਹੜੀ ਸੀ ਪਹਿਨ ਲਈ ਤੇ ਆਪਣਾ ਮੂੰਹ ਜਿਹੜਾ ਸੀ ਉਹ ਬਣਾ ਲਿਆ ਉਸ ਤੋਂ ਬਾਅਦ ਫਿਰ ਇੱਕ ਜਿੱਪੀ ਹੱਥ 'ਚ ਫੜ ਲਈ ਇੱਕ ਛੋਟਾ ਫੜ ਲਿਆ ਜਾਂ ਇਸ ਤਰ੍ਹਾਂ ਦਾ ਜਿਹੜਾ ਸਵਾਂਗ ਸੀ ਸੰਤ ਮਹਾਂਪੁਰਖ ਬਾਬਾ ਹਰਨਾਮ ਸੋਣੀ ਬਣਾਇਆ ਤੇ ਉਸ ਅਜਾੜ ਦੇ ਵਿੱਚ ਬੈਠ ਗਿਆ ਜਦ ਬੈਠੇ ਤੇ ਉਥੇ ਬੱਕਰੀਆਂ ਇੱਕ ਚਾਰ ਦਾ ਆ ਜਿਹੜੀ ਹੁੰਦਾ ਸੀਗਾ ਜਦ ਬੱਕਰੀਆਂ ਚਾਰ ਦਾ ਹੁੰਦਾ ਸੀਗਾ ਤੇ ਉਹਦੀ ਨਜ਼ਰ ਹੈਨਾ ਬਾਬਾ ਜੀ ਤੇ ਪਈ ਤੇ ਉਹਨੇ ਮਨ ਚ ਸੋਚਿਆ ਵੀ ਇਹ ਤਾਂ ਕੋਈ ਹੈਨਾ ਫੱਕਰ ਸਾਈਂ ਲੱਗਦਾ ਹੈਗਾ ਜਿਹੜਾ ਦਰੱਖ ਦੇ ਥੱਲੇ ਬੈਠਾ ਹੈਗਾ ਪਹਿਲਾਂ ਤਾਂ ਉਹ છાਤੀ ਮਾਰ ਕੇ ਮੁੜ ਗਿਆ ਪਰ ਜਦ ਸ਼ਾਮ ਨੂੰ ਉਹ ਦੁਬਾਰਾ ਬੱਕਰੀਆਂ ਚਾਰ ਕੇ ਫੇਰ ਉਸ ਜਗ੍ਹਾ ਤੋਂ ਲੰਘਿਆ ਤੇ ਉਹਨੇ ਕੀ ਦੇਖਿਆ ਕਿ ਇਸੇ ਤਰ੍ਹਾਂ ਹੀ ਬਾਬਾ ਜੀ ਬੈਠੇ ਆ ਉਸਨੇ ਆ ਕੇ ਹੈਨਾ ਫਿਰ ਨਮਸਕਾਰ ਕੀਤੀ ਬਾਬਾ ਜੀ ਨੇ ਯਾਰ ਨੇ ਨਮਸਕਾਰ ਕੀਤੀ ਆ ਤੇ ਬਾਬਾ ਜੀ ਨੂੰ ਕਹਿਣ ਲੱਗਾ ਕਿ ਨਾ ਵੀ ਤੁਸੀਂ ਤਾਂ ਕੋਈ ਅੱਲਾ ਦੇ ਨੂਰ ਲੱਗਦੇ ਆ ਤੇ ਲੱਗਦਾ ਹੈਗਾ ਕਿ ਤੁਸੀਂ ਕੋਈ ਥੋੜਾ ਬਹੁਤਾ ਪ੍ਰਸ਼ਾਦਾ ਪਾਣੀ ਸ਼ਕਿਆ ਹੈ ਜਾਂ ਨਹੀਂ ਪਰ ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਕਹਿਣ ਲੱਗੇ ਕਿ ਸਾਨੂੰ ਅਜੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਜੇ ਤਾਂ ਜ਼ਰੂਰਤ ਹੋ ਗਈ ਤੇ ਜ਼ਰੂਰ ਸ਼ਕ ਲਵਾਂਗੇ ਤਾਂ ਫਿਰ ਉਸ ਅਜਾੜੀ ਨੇ ਬਾਬਾ ਜੀ ਨੂੰ ਦੱਸਿਆ ਸੀ ਕਿ ਇੱਥੇ ਨਾਲ ਹੀ ਹਨਾ ਇੱਕ ਉਨਾ ਸ਼ਹਿਰ ਪੈਂਦਾ ਹੈਗਾ ਤੇ ਤੁਸੀਂ ਉੱਥੋਂ ਹਨਾ ਭਿਖਿਆ ਅਗਰ ਚਾਹੋ ਤਾਂ ਮੰਗ ਕੇ ਲੈ ਸਕਦੇ ਸ਼ਹਿਰ ਦੇ ਵਿੱਚ ਜੇ ਅਗਰ ਜੇ ਤੁਸੀਂ ਪੇਖਿਆ ਨਹੀਂ ਮੰਗਣੀ ਤਾਂ ਉੱਥੇ ਨਾਲ ਹੀ ਹਨਾ ਉਨੇ ਸਾਫ ਜਿਹੜਾ ਹਨਾ ਸਾਫ ਜਿਆਦਾ ਦਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਲੰਗਰ ਚੱਲਦਾ ਹੈਗਾ ਤੁਸੀਂ ਉੱਥੇ ਲੰਗਰ ਵੀ ਸ਼ਕ ਸਕਦੇ ਆ ਜਦ ਆਜੜੀ ਨੇ ਸਾਰੀ ਗੱਲਬਾਤ ਬਾਬਾ ਜੀ ਨਾਲ ਸਾਂਝੀ ਕੀਤੀ ਬਾਬਾ ਜੀ ਕਹਿਣ ਲੱਗੇ ਕਿ ਹਜੇ ਸਾਨੂੰ ਕਿਸੇ ਚੀਜ਼ ਦੀ ਕੋਈ ਇੱਛਾ ਨਹੀਂ ਹੈ ਤੇ ਜਦੋਂ ਇੱਛਾ ਹੋ ਗਈ ਹਨਾ ਤੇ ਅਸੀਂ ਫਿਰ ਆਪ ਹੀ ਜਿਹੜਾ ਸਗਾ ਉਹ ਸ਼ਕਲ ਮੰਗੇ ਪਰ ਫਿਰ ਉਹ ਆਜੜੀ ਕਹਿਣ ਲੱਗਾ ਕਿ ਤੁਸੀਂ ਕਿੱਥੋਂ ਆਇਆ ਬਾਬਾ ਜੀ ਕਹਿਣ ਲੱਗੇ ਵੀ ਅਸੀਂ ਤਾਂ ਹਨਾ ਦੁਆਬੇ ਦੀ ਧਰਤੀ ਤੋਂ ਆਇਆ ਫੇਰ ਉਹ 사ਜਣੀ ਨੇ ਆਖਿਆ ਕਿ ਤਦ ਤੁਸੀਂ ਰਸਤੇ ਵਿੱਚ ਕੁਝ ਛਕਿਆ ਹੈ ਬਾਬਾ ਜੀ ਨੇ ਉਹਦਾ ਕੋਈ ਜਵਾਬ ਨਹੀਂ ਦਿੱਤਾ ਫਿਰ ਉਹ 사ਜਣੀ ਨੇ ਕਿਹਾ ਵੀ ਚਲੋ ਤੁਸੀਂ ਇਸ ਤਰ੍ਹਾਂ ਕਰੋ ਥੋੜਾ ਦੁੱਧ ਛਕ ਲਓ ਜਦ ਇੰਨੀ ਗੱਲ ਹੋਈ ਤਾਂ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਅੱਛਾ ਤੂੰ ਜ਼ਰੂਰੀ ਛਕੋਣਾ ਹੈਗਾ ਤਾਂ ਉਹ ਕਹਿਣ ਲੱਗਾ ਜੀ ਹਾਂ ਮੈਂ ਬੱਕਰੀਆਂ ਚਾਰਦਾ ਹੈਗਾ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਬੱਕਰੀਆਂ ਦਾ ਦੁੱਧ ਚੋਕੇ ਜਿਹੜਾ ਹੈਗਾ ਉਹ ਤੁਹਾਡੇ ਖੱਪਰ ਦੇ ਵਿੱਚ ਪਾ ਦਿੰਦਾ ਹੈ ਜਦ ਇੰਨੀ ਗੱਲ ਹੋਈ ਤੇ ਬਾਬਾ ਜੀ ਥੋੜਾ ਮੁਸਕਰਾਪੇ ਫਿਰ ਉਹਨੂੰ ਕਹਿਣ ਲੱਗੇ ਵੀ ਅਗਰ ਤੂੰ ਸਾਨੂੰ ਦੁੱਧ ਜ਼ਰੂਰੀ ਛਕੋਣਾ ਹੈ ਤੇ ਇਸ ਤਰ੍ਹਾਂ ਕਰ ਤੂੰ ਆਪਣੀ ਬੱਕਰੀ ਦਾ ਸ਼ਕਾ ਸੀ ਦੂਸਰੀ ਕਿਸੇ ਬੱਕਰੀ ਦਾ ਦੁੱਧ ਨਹੀਂ ਸਕਣਾ ਫਿਰ ਉਸ ਆ ਜਿਹੜੀ ਨਾਖਿਆ ਸੀ ਬਾਬਾ ਜੀ ਨੂੰ ਕਿ ਮੇਰੀਆਂ ਇਹਨਾਂ ਬੱਕਰੀਆਂ ਦੇ ਵਿੱਚੋਂ ਦੋ ਬੱਕਰੀਆਂ ਮੇਰੀਆਂ ਆਪਣੀਆਂ ਹੈਗੀਆਂ ਤੇ ਉਹ ਆਪਣੀਆਂ ਨਾਲ ਦੋ ਬੱਕਰੀਆਂ 'ਚੋਂ ਇੱਕ ਬੱਕਰੀ ਜਿਹੜੀ ਸੀ ਕਿ ਕਰਨੋ ਫੜ ਕੇ ਬਾਬਾ ਜੀ ਦੇ ਪਾਸ ਲੈ ਆ ਬਾਬਾ ਜੀ ਨੇ ਉਹਦੀ ਇੱਕ ਬੱਕਰੀ ਦਾ ਹਨਾ ਆਪਣੀ ਚਿੱਪੀ ਦੇ ਵਿੱਚ ਦੁੱਧ ਜਿਹੜਾ ਸੀਗਾ ਉਹ ਚੋ ਲਿਆ ਉਸ ਤੋਂ ਬਾਅਦ ਬਾਬਾ ਜੀ ਨੇ ਜਿਹੜਾ ਲੋੜ ਅਨਸਾਰ ਜਿਹੜਾ ਸੀ ਦੁੱਧ ਛਕ ਲਿਆ ਤੇ ਉਹ ਆ ਜਿਹੜੀ ਬੜਾ ਖੁਸ਼ ਹੋਇਆ ਉਸ ਤੋਂ ਬਾਅਦ ਹਨਾ ਫਿਰ ਉਹ ਬੱਕਰੀਆਂ ਲੈ ਕੇ ਘਰ ਚ ਲੈ ਗਿਆ ਜਦ ਘਰ ਗਿਆ ਤੇ ਉਹਨੇ ਜਿਹੜੀਆਂ ਦੋ ਬੱਕਰੀਆਂ ਸੀਗੀਆਂ ਉਹਨੇ ਵਿੱਚੋਂ ਇੱਕ ਬੱਕਰੀ ਦਾ ਤਾਂ ਦੁੱਧ ਜਿਹੜੀ ਪਹਿਲਾਂ ਸੀਗੀ ਜਿਹਦਾ ਨਹੀਂ ਸੀ ਚੋਇਆ ਉਹਦਾ ਚੋਲਿਆ ਪਰ ਜਦ ਦੂਸਰੀ ਬੱਕਰੀ ਪਰ ਨਜ਼ਰ ਮਾਰੀ ਤੇ ਉਹਦੇ ਵੀ ਉਹਦੇ ਵੀ ਥਣ ਭਰੇ ਦੇਖੇ ਉਸ ਆ ਜਿਹੜੀ ਮਨ ਚ ਸੋਚਿਆ ਵੀ ਇਹ ਜਿਹੜੀ ਬੱਕਰੀ ਹੈਗੀ ਇਹ ਤਾਂ ਉਸ ਸਾਈ ਫਕੀਰ ਨੇ ਜਿਹੜੀ ਚੋਈ ਆ ਪਰ ਇਹਦਾ ਥਣ ਕਿਵੇਂ ਭਰੇ ਪਏ ਆ ਪਰ ਉਹਨੇ ਮਨ ਚ ਸੋਚਿਆ ਵੀ ਕਿਵੇਂ ਹੋ ਸਕਦਾ ਹੈਗਾ ਪਰ ਜਦੋਂ ਉਹਨੇ ਥਣਾਵਲ ਦੇਖਿਆ ਤਾਂ ਉਸ ਤਰ੍ਹਾਂ ਮعلوم ਹੋਇਆ ਕਿ ਜਿਵੇਂ ਇਹਦੇ ਥਣਾ ਦੇ ਵਿੱਚ ਬਹੁਤ ਜ਼ਿਆਦਾ ਦੁੱਧ ਆ ਗਿਆ ਹੁੰਦਾ ਉਸ ਆਜੜੀ ਨੇ ਆਪਣੀ ਮਨ ਦੀ ਤਸੱਲੀ ਕਰਕੇ ਜਦ ਬਾਲਟੀ ਲੈ ਕੇ ਉਹ ਬੱਕਰੀ ਚੋਣੀ ਚਾਹੀ ਤੇ ਉਹਦੇ ਵਿੱਚੋਂ ਜਿਹੜਾ ਸੀਗਾ ਉਹ ਡੇਢਾ ਦੁੱਧ ਨਿਕਲਿਆ ਇਹ ਦੇਖ ਕੇ ਆਜੜੀ ਜਿਹੜਾ ਸੀਗਾ ਬੜਾ ਹੈਰਾਨ ਹੋਇਆ ਸੋ ਪਰ ساری ਰਾਤ ਬਾਬਾ ਜੀ ਬਾਰੇ ਸੋਚਦਾ ਰਿਹਾ ਤੇ ਸਵੇਰੇ ਮਨ ਚ ਆਵੇ ਕਿਉਂ ਨਾ ਹੋਵੇ ਮੈਂ ਫਿਰ ਦੁਬਾਰਾ ਉਸਾਈ ਬਖੀਰ ਦੇ ਦਰਸ਼ਨ ਕਰਾਂ ਪਰ ਸਵੇਰੇ ਜਦ ਉਹ ਬੱਕਰੀਆਂ ਲੈ ਕੇ ਦੁਬਾਰਾ ਫੇਰ ਉਸੇ 19 ਸਾਈਡ ਤੇ ਜਿੱਥੇ ਬਾਬਾ ਜੀ ਬੈਠੇ ਸੀ ਜਦ ਇੱਥੇ ਆ ਤੇ ਇੱਥੇ ਤੱਕ ਕੇ ਇੱਥੇ ਬਾਬਾ ਜੀ ਨਜ਼ਰ ਨਹੀਂ ਆਏ ਉਹ ਹੈਰਾਨ ਹੋ ਗਿਆ ਕਿ ਮਹਾਪੁਰ ਕਿੱਧਰ ਚਲੇ ਗਏ ਆ ਉਹ ਇੱਕ ਦਿਨ ਲੱਭਦਾ ਰਿਹਾ ਬਾਬਾ ਜੀ ਮਿਲੇ ਨਹੀਂ ਦੂਜੇ ਦਿਨ ਵੀ ਲੱਭਿਆ ਤੀਜੇ ਦਿਨ ਚੌਥੇ ਦਿਨ ਜਦੋਂ ਲੱਭਦਾ ਲੱਭਦਾ ਇੱਕ ਜਗ੍ਹਾ ਗਿਆ ਤਾਂ ਕੀ ਦੇਖਿਆ ਇੱਕ ਦਰਖਤ ਦੇ ਥੱਲੇ ਫਿਰ ਸੰਤ ਮਹਾਪੁਰਖ ਬਾਬਾ ਹਰਨਾਮ ਸੁਹਣੀ ਬੈਠੇ ਜਿਹੜੇ ਸਾਨੂੰ ਨਜ਼ਰ ਆਏ ਉਹਨੇ ਆ ਜਿਹੜੀਆਂ ਬੜੇ ਪ੍ਰੇਮ ਦੇ ਨਾਲ ਮੱਥਾ ਟੇਕਿਆ ਤੇ ਬਾਬਾ ਜੀ ਨੂੰ ਕਹਿਣ ਲੱਗੇ ਮਹਾਪੁਰਖੋ ਮੈਂ ਤੁਹਾਨੂੰ ਬਹੁਤ ਲੱਭਦਾ ਰਿਹਾ ਤੁਸੀਂ ਕਿੱਥੇ ਚਲੇ ਗਏ ਸੀ ਤੇ ਬਾਬਾ ਜੀ ਅਸਕੇ ਕਹਿਣ ਲੱਗੇ ਕਿ ਤੂੰ ਸਾਨੂੰ ਕਿੱਥੇ ਕਿੱਥੇ ਲੱਭਦਾ ਫਰੇਗਾ ਜਦ ਇੰਨੀ ਗੱਲ ਹੋਈ ਤਾਂ ਉਹ ਆ ਜਿਹੜੀ ਕਹਿਣ ਲੱਗਾ ਵੀ ਮੈਨੂੰ ਤੁਹਾਡੇ ਦਰਸ਼ਨ ਕਰਨ ਦੇ ਨਾਲ ਹੀ ਹਨ ਬੜੀ ਬੜੀ ਤ੍ਰਿਪਤੀ ਤੇ ਖੁਸ਼ੀ ਮਿਲਦੀ ਹੈ ਜਦ ਇਹ ਬਜਨ ਉਸ ਆਜਣੇ ਨੇ ਕੀਤੇ ਤੇ ਬਾਬਾ ਜੀ ਨੇ ਕੀ ਦੇਖਿਆ ਉਹਦੇ ਹੱਥ ਦੇ ਵਿੱਚ ਇੱਕ ਤਸਵੀਰ ਮਾਲਾ ਫੜੀ ਹੋਈ ਸੀ ਬਾਬਾ ਜੀ ਨੇ ਕਹਿਣ ਲੱਗੇ ਕਿ ਇਹ ਜਿਹੜੀ ਤਸਵੀਰ ਮਾਲਾ ਉਹ ਹੱਥ ਵਿੱਚ ਕਿਉਂ ਫੜੀ ਆ ਫਿਰ ਉਹ ਆ ਜਿਹੜੀ ਕਹਿਣ ਲੱਗਾ ਕਿ ਮੈਂ ਕਿਸੇ ਇੱਕ ਕੋਈ ਪੀਰ ਰਵਾ ਉਹਨੂੰ ਆਪਣਾ ਮੁਰਸ਼ਿਦ ਗੁਰੂ ਧਾਰਨ ਕੀਤਾ ਹੈਗਾ ਤੇ ਉਹਨੇ ਮੈਨੂੰ ਇਹ ਮਾਲਾ ਜਿਹੜੀ ਹੈਗੀ ਆ ਇਹ ਦਿੱਤੀ ਆ ਫੇਰਨ ਵਾਸਤੇ ਤੇ ਬਾਬਾ ਜੀ ਕਹਿਣ ਲੱਗੇ ਅੱਛਾ ਕਿੰਨੇ ਦਾ ਸੀ ਕਦੋਂ ਫੇਰਦਾ ਹੁੰਦਾ ਤੋ ਆ ਜਿਹੜੀ ਕਹਿਣ ਲੱਗਾ ਕਿ ਪੂਰਾ ਦਿਨ ਤਾਂ ਮੈਂ ਕੰਮ ਕਰਦਾ ਰਹਿੰਦਾ ਪਰ ਸਵੇਰੇ ਸਵੇਰੇ ਮੈਂ ਕੁਝ ਜਿਹੜੀਆਂ ਮਾਲਾ ਹੈਗੀਆਂ ਉਹ ਅੱਲਾ ਦੇ ਨਾਮ ਤੇ ਫੇਰ ਲੈਂਦਾ ਜਦ ਇਹ ਵਿਚਾਰ ਆ ਜਿਹੜੀ ਨੇ ਬਾਬਾ ਜੀ ਨੇ ਦੱਸੇ ਤੇ ਬਾਬਾ ਜੀ ਕਹਿਣ ਲੱਗੇ ਕਿ ਕਿੰਨੇ ਸਾਲ ਹੋ ਗਏ ਫੇਰਦੇ ਨੇ ਤੇ ਉਹਨੇ ਦੱਸਿਆ ਵੀ ਕਾਫੀ ਸਮਾਂ ਜਿਹੜਾ ਹੈਗਾ ਕਈ ਸਾਲ ਹੋ ਗਏ ਮੈਂ ਇਹ ਤਸਬੀਹ ਜਿਹੜੀ ਹੈ ਸਵੇਰੇ ਸਵੇਰੇ ਫੇਰਦਾ ਤੇ ਬਾਬਾ ਜੀ ਕਹਿਣ ਲੱਗੇ ਕੁਝ ਪ੍ਰਾਪਤੀ ਹੋਈ ਆ ਹਾਜਰੀ ਕਹਿਣ ਲੱਗਾ ਕਿ ਕਿਤੇ ਕਿਤੇ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅੰਦਰ ਜਿਹੜੇ ਹਨ ਬਾਜੇ ਵੱਜਦੇ ਆ ਤੇ ਜਾਂ ਵੈਸੇ ਹੀ ਹਨਾ ਅੰਦਰ ਜਿਹੜੀ ਹੈਗਾ ਥੋੜਾ ਬਹੁਤਾ ਕਿਸੇ ਸਾਈਂ ਦਾ ਚਲਕਾਰਾ ਮਹਿਸੂਸ ਹੁੰਦਾ ਹੈ ਜਦ ਇਹ ਜਿਹੜੀ ਸੀ ਵਿਚਾਰ ਉਸ ਆ ਜਿਹੜੀ ਨੇ ਬਾਬਾ ਜੀ ਨਾਲ ਸਾਂਝੀ ਕੀਤੀ ਤੇ ਬਾਬਾ ਜੀ ਅਸਕੇ ਕਹਿਣ ਲੱਗੇ ਕਹਿੰਦੇ ਅੱਛਾ ਇਸ ਤਰ੍ਹਾਂ ਕਰ ਤੂੰ ਮੇਰੇ ਪਾਸ ਆ ਤੇ ਇੱਥੇ ਆ ਕੇ ਆਪਣੀ ਤਸਵੀਰ ਨੂੰ ਫੇਰ ਜਦ ਉਹ ਜਿਹੜਾ ਆ ਜਿਹੜੀ ਸੀਗਾ ਸੰਤ ਮਹਾਪੁਰਖ ਬਾਬਾ ਮਹਾਰਨਾਮ ਸਿੰਘ ਦੇ ਚਰਨਾਂ 'ਚ ਬੈਠ ਕੇ ਜਿਉਂ ਤਸਵੀਰ ਫੇਰੀ ਤੇ ਜਦ ਤਸਵੀਰ ਫੇਰਨੇ ਸਾਰੇ ਨਕੀ ਦੇਖ ਕੇ ਜੱਕਦਮ ਉਹ ਆਨੰਦ ਦੇ ਨਾਲ ਭਰ ਗਿਆ ਤੇ ਐਸੇ ਆਨੰਦ ਦੇ ਵਿੱਚ ਉਹਦੀ ਸੁਰਤ ਜਿਹੜੀ ਸੀਗੀ ਬਿਲਕੁਲ ਜਿਹੜੀ ਸੀ ਉਸੇ ਆਨੰਦ ਦੇ ਵਿੱਚ ਗਵਾਚ ਗਈ ਉਸ ਤੋਂ ਬਾਅਦ ਜਦ ਉਹਦੀ ਸੁਰਤ ਆ ਜਿਹੜੀ ਦੀ ਵਾਪਸ ਆਈ ਉਹ ਸੰਤ ਮਹਾ ਬਾਬਾ ਮਹਾਰਨਾਮ ਸਿੰਘ ਹੋਂ ਦੇ ਚਰਨਾਂ ਦੇ ਨਾਲ ਲੱਫਟ ਗਿਆ ਤੇ ਕਹਿਣ ਲੱਗਾ ਮਹਾਪੁਰਖੋ ਮੈਂ ਤਾਂ ਬਾਹਰ ਹੀ ਜਿਹੜਾ ਸੀਗਾ ਭਾਲਦਾ ਸੀਗਾ ਅੱਲਾ ਨੂੰ ਪਰ ਤੁਸੀਂ ਤਾਂ ਮੈਨੂੰ ਅੱਲਾ ਨੂੰ ਮੇਰੇ ਅੰਦਰ ਹੀ ਦਿਖਾ ਦਿੱਤਾ ਤੇ ਬਾਬਾ ਜੀ ਕਹਿਣ ਲੱਗੇ ਕਹਿੰਦੇ ਭਾਈ ਉਹ ਜਿਹੜਾ ਅੱਲਾ ਪਰਮੇਸ਼ਰ ਵਾਹਿਗੁਰੂ ਹੈਗਾ ਉਹ ਸਭ ਦੇ ਅੰਦਰ ਘਟ-ਘਟ ਵਿੱਚ ਵਸਦਾ ਹੈਗਾ ਇਸ ਕਰਕੇ ਬਾਹਰ ਲੱਭਣ ਦੀ ਲੋੜ ਨਹੀਂ ਹੈਗੀ ਆ ਫਿਰ ਮਹਾਪੁਰਖਾਂ ਨੇ ਉਹਨੂੰ ਜਿਹੜਾ ਸਗਾ ਇਹ ਬਚਨ ਕੀਤਾ ਸੀਗਾ ਕਹਿੰਦੇ ਵੀ ਭਾਈ ਜਿਹੜੀ ਹੈ ਤੂੰ ਜੋ ਅੱਲਾ ਦਾ ਨਾਮ ਲੈਂਦਾ ਹੈਗਾ ਬਸ ਉਸ ਖੁਦਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਜਿਹੜਾ ਹੈਗਾ ਇਹ ਤਸਵੀਰਿਆ ਕਰ ਇਹ ਜਿਹੜਾ ਨੰਦ ਹੈਗਾ ਇਹਨੂੰ ਸੰਭਾਲ ਕੇ ਰੱਖੀ ਕਿਸੇ ਨਾਲ ਸਾਂਝਾ ਨਾ ਕਰੀ ਸਮਾ ਪਾ ਕੇ ਇਹ ਨੰਦ ਤੇਰਾ ਅੱਗੇ ਤੋਂ ਅੱਗੇ ਵਧਦਾ ਜਾਏਗਾ ਉਹ ਵੀ ਦਿਨ ਜਿਹੜਾ ਆ ਜਾਏਗਾ ਜਦੋਂ ਤੇਰੇ ਮਨ ਦੀ ਮਰਜ਼ੀ ਜਿਹੜੀ ਆ ਪੂਰੀ ਹੋ ਜਾਊਗੀ ਸੋ ਇਹ ਅਸੀਸ ਦੇ ਕੇ ਨਾ ਫਿਰ ਬਾਬਾ ਜੀ ਜਿਹੜੇ ਸੀ ਉਹ ਅਸਥਾਨ ਛੱਡ ਕੇ ਅੱਗੇ ਚਲੇ ਗਏ ਜਦ ਅੱਗੇ ਇੱਕ ਜੰਗਲ ਦੇ ਵਿੱਚ ਬੈਠੇ ਆ ਤੇ ਉੱਥੇ ਜਿਹੜੇ ਸੀ ਇੱਕ ਦਿਨ ਬੈਠੇ ਰਹੇ ਉੱਥੇ ਜਿਹੜੇ ਉਹਨੇ ਦੇ ਸਾਹਬਜ਼ਾਦੇ ਸੀਗੇ ਜਦੋਂ ਸ਼ਿਕਾਰ ਖੇਡਣ ਆਏ ਉਹਨਾਂ ਟਾਈਮਾਂ ਵਿੱਚ ਉਹਨਾਂ ਨੇ ਦੇਖਿਆ ਕਿ ਕੋਈ ਜਿਹੜਾ ਮਹਾਤਮਾ ਹੈਗੇ ਉਧਰਕ ਦੀ ਢੋਲ ਆ ਕੇ ਬੈਠੇ ਆ ਪਰ ਪਹਿਲਾਂ ਤਾਂ ਉਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਪਰ ਜਦ ਸ਼ਿਕਾਰ ਖਿਡ ਕੇ ਵਾਪਸ ਆਏ ਤੇ ਉਹਨੇ ਕੀ ਤੱਕ ਇਸੇ ਤਰ੍ਹਾਂ ਮਹਾਤਮਾ ਬੈਠੇ ਆ ਉਹ ਸਾਹਬ ਜਿਹੜੇ ਸਗੇ ਉਹ ਬਾਬਾ ਜੀ ਨੂੰ ਇਸ ਤਰ੍ਹਾਂ ਬੈਠੇ ਦੇਖ ਕੇ ਨਾ ਕੋਲ ਘੋੜਿਆਂ ਤੋਂ ਉਤਰ ਕੇ ਰੁਗ ਗਏ ਉਹਨਾਂ ਨੇ ਆ ਕੇ ਨਾ ਬਾਬਾ ਜੀ ਨੂੰ ਨਮਸਕਾਰ ਕੀਤੀ ਜਾਂ ਨਮਸਕਾਰ ਕੀਤੀ ਫਿਰ ਬਾਬਾ ਜੀ ਨੂੰ ਪੁੱਛਿਆ ਕਿ ਮੁਹਾਦਮਾ ਵੀ ਤੁਸੀਂ ਕਿੱਥੋਂ ਆਇਆ ਤੇ ਬਾਬਾ ਜੀ ਨੇ ਜਿਹੜੇ ਸਗੇ ਉਹਨਾਂ ਨੂੰ ਕਿਹਾ ਕਿ ਅਸੀਂ ਹਨ ਇਸ ਤਰ੍ਹਾਂ ਦੁਆਬੇ ਦੀ ਧਰਤੀ ਤੋਂ ਜਿਹੜੇ ਹੈ ਇਸ ਪਾਸੇ ਜਿਹੜੇ ਹੈਗੇ ਉਹ ਆਏ ਆ ਫਿਰ ਉਹਨਾਂ ਪੁੱਛਿਆ ਕਿ ਤੁਹਾਡਾ ਪਿੰਡ ਕਿਹੜਾ ਹੈ ਬਾਬਾ ਜੀ ਨੇ ਆਪਣਾ ਪਿੰਡ ਵੀ ਦੱਸਿਆ ਉਹ ਸਾਬਜਾ ਦੇ ਨਾ ਉਹਨੇ ਫਿਰ ਪੁੱਛਿਆ ਕਿ ਤੁਸੀਂ ਇੱਥੇ ਕਾਫੀ ਚਿਰ ਤੋਂ ਬੈਠੇ ਮੈਨੂੰ ਲੱਗਦੇ ਆ ਕਿ ਅਸੀਂ ਸਵੇਰੇ ਤੁਹਾਨੂੰ ਦੇਖਿਆ ਸੀਗਾ ਹੁਣ ਵੀ ਦੇਖਿਆ ਹੈਗਾ ਕੋਈ ਅਨ ਪਾਣੀ ਜਲ ਛਗਿਆ ਹੈਗਾ ਤੇ ਬਾਬਾ ਜੀ ਕਹਿਣ ਲੱਗੇ ਕਿ ਹਜੇ ਸਾਨੂੰ ਕੋਈ ਇੱਛਾ ਨਹੀਂ ਆ ਫਿਰ ਉਹਨਾਂ ਸਾਬਜਾ ਨੇ ਬਾਬਾ ਜੀ ਨੂੰ ਆਖਿਆ ਕਿ ਇੱਥੇ ਸਾਡੇ ਲੱਗੇ ਹੀ ਜਿਹੜਾ ਹੈ ਨਾ ਗੁਰਦੁਆਰਾ ਸਾਹਿਬ ਇੱਥੇ ਲੰਗਰ ਚੱਲਦਾ ਹੈਗਾ ਜੇ ਤੁਸੀਂ ਕਹੋ ਤਾਂ ਅਸੀਂ ਤੁਹਾਨੂੰ ਉੱਥੋਂ ਲੰਗਰ ਮਂਗਾ ਕੇ ਇੱਥੇ ਛਕਾ ਦ ਪਰ ਬਾਬਾ ਜੀ ਕਹਿਣ ਲੱਗੇ ਕਿ ਨਹੀਂ ਅਜੇ ਸਾਨੂੰ ਕੋਈ ਇੱਛਾ ਨਹੀਂ ਹੈ ਫਿਰ ਸਭ ਜਦਿਆਂ ਨੇ ਪੁੱਛਿਆ ਸੀਗਾ ਬਾਬਾ ਜੀ ਨੇ ਵੀ ਇਹ ਦੱਸੋ ਕਿ ਤੁਸੀਂ ਜਿਸ ਤਰ੍ਹਾਂ ਦਾ ਪਹਿਰਾਵਾ ਪਾਣਿਆ ਹੈਗਾ ਤੇ ਇਹ ਦਿਨਾਂ ਤੁਸੀਂ ਆਪਣਾ ਮੂੰਹ ਕਾਤੇ ਬੰਨਿਆ ਹੈ ਤੇ ਬਾਬਾ ਜੀ ਹੱਸ ਕੇ ਕਹਿਣ ਲੱਗੇ ਕਹਿੰਦੇ ਭਾਈ ਵੈਸੇ ਹੀ ਉਦਦੇ ਹੀ ਬੰਨਿਆ ਹੈਗਾ ਮੂੰਹ ਜਿਹੜਾ ਹੈ ਜਦ ਇੰਨੀ ਗੱਲ ਹੋਈ ਤਾਂ ਸਾਹਿਬ ਜੀ ਦੇ ਕਹਿਣ ਲੱਗੇ ਕਿ ਤੁਹਾਡੇ ਦਰਸ਼ਨ ਕਰਕੇ ਸਾਡੇ ਮਨ ਨੂੰ ਬੜੀ ਸ਼ਾਂਤੀ ਮਿਲੀ ਆ ਤੇ ਤੁਸੀਂ ਕਿਰਪਾ ਕਰੋ ਕਿ ਅਗਰ ਤੁਸੀਂ ਇਸ ਤਰ੍ਹਾਂ ਨਹੀਂ ਛਕਣਾ ਹੈਗਾ ਤੇ ਜਾਂਦੇ ਸੰਦੇ ਸਾਨੂੰ ਹਨਾ ਜ਼ਰੂਰ ਦਰਸ਼ਨ ਦੇ ਕੇ ਜਾਓ। ਬਾਬਾ ਜੀ ਨੇ ਕੋਈ ਜਵਾਬ ਨਹੀਂ ਦਿੱਤਾ ਤੇ ਉਹ ਸਾਹਿਬ ਜੀ ਜਿਹੜੇ ਸੀਗੇ ਉਸ ਤਰ੍ਹਾਂ ਉਸ ਤੋਂ ਬਾਅਦ ਬਾਬਾ ਜੀ ਤੋਂ ਬਾਅਦ ਜਿਹੜੇ ਸੀਗੇ ਉਹ ਉਨੇ ਸਾਈਡ ਨੂੰ ਚਲੇ ਗਏ। ਫਿਰ ਬਾਬਾ ਜੀ ਉੱਥੇ ਜੋ ਚੱਲੇ ਆ ਜਿੱਥੇ ਗੁਰਦਰ ਸਾਹਿਬ ਉਨਾ ਸਾਹਿਬ ਹਨਾ ਉੱਥੇ ਨਜ਼ਦੀਕ ਇੱਕ ਰਸਤੇ ਵਿੱਚ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਫਿਰ ਇੱਕ ਦਰੱਖ ਦੀ ਢੋਲ ਆ ਕੇ ਬੈਠ ਗਏ। ਜਦ ਬੈਠੇ ਉਥੋਂ ਇੱਕ ਪ੍ਰੇਮੀ ਜਿਹੜਾ ਸਿਕਾ ਗੁਰਦਾਰੇ ਸਾਹਿਬ ਜਾ ਰਿਹਾ ਸੀਗਾ ਤੇ ਉਹਨੇ ਬਾਬਾ ਜੀ ਨੂੰ ਦੇਖ ਕੇ ਨਮਸਕਾਰ ਕੀਤੀ ਤਾਂ ਪੁੱਛਿਆ ਮਹਾਤਮਾ ਤੁਸੀਂ ਕਿੱਥੋਂ ਆਏ ਆ ਤੇ ਬਾਬਾ ਜੀ ਨੇ ਫਿਰ ਉਸ ਨੂੰ ਜਿਹੜਾ ਇਹ ਜਵਾਬ ਦਿੱਤਾ ਕਿ ਅਸੀਂ ਹੈਨਾ ਇਸ ਇਲਾਕੇ ਵਿੱਚੋਂ ਇੱਥੇ ਪਹੁੰਚੇ ਆਂ ਫਿਰ ਉਸ ਨੇ ਪੁੱਛਿਆ ਕਿ ਇੱਥੇ ਨਾਲ ਹੀ ਲੰਗਰ ਚੱਲਦਾ ਹੈਗਾ ਤੁਸੀਂ ਅਨ ਪ੍ਰਸ਼ਾਦੀ ਦੀ ਇੱਛਾ ਹੈਗੀ ਤਾਂ ਸ਼ੱਕ ਲੋ ਪਰ ਬਾਬਾ ਜੀ ਨੇ ਜਿਹੜੇ ਸੀਗੇ ਉਹਦਾ ਕੋਈ ਜਵਾਬ ਨਹੀਂ ਦਿੱਤਾ ਪਰ ਉਹਨੇ ਬੜੇ ਚਾਰਜ ਨਜ਼ਰ ਦੇ ਨਾਲ ਬਾਬਾ ਜੀ ਨੂੰ ਤੱਕਿਆ ਤੇ ਆਪ ਜੀ ਤੇ ਗੁਰਦਾਰੇ ਸਾਹਿਬ ਗਿਆ ਤੇ ਉੱਥੇ ਲੰਗਰ ਨੂੰ ਕਹਿਣ ਲੱਗਾ ਕਿ ਆਪਣੇ ਗੁਰਦਾਰੇ ਸਾਹਿਬ ਬਾਹਰ ਇੱਕ ਮਹਾਤਮਾ ਬੈਠੇ ਆ ਤੇ ਮੈਨੂੰ ਲੰਗਰ ਪਾਣੀ ਦੀ ਪੁੱਛਿਆ ਹੈਗਾ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਹੈਗਾ ਜਦ ਇਹ ਜਿਹੇ ਗੱਲਬਾਤ ਜਿਹੜੀ ਸੀ ਉਹ ਪ੍ਰੇਮੀ ਤੇ ਸੇਵਾਦਾਰ ਦੇ ਵਿੱਚ ਚੱਲਦੀ ਸੀ ਤੇ ਸਾਬ ਜਦੇ ਕੁਦਰਤੀ ਜਿਹੜੇ ਸੀਗੇ ਹੁਕਮ ਦੇ ਹੁਕਮ ਦੇ ਉਹਨਾਂ ਦੇ ਕੋਲ ਆ ਗਏ ਜਦ ਉਹਨਾਂ ਨੇ ਇਹ ਗੱਲਬਾਤ ਸੁਣੀ ਤੇ ਸਾਬ ਜਦ ਨੇ ਫਿਰ ਉਸ ਪ੍ਰੇਮੀ ਨੂੰ ਪੁੱਛਿਆ ਕਿ ਕਿਹੋ ਜੇ ਮੁਹਾਤਮਾ ਹੈਗੇ ਉਹ ਕਹਿਣ ਲੱਗੇ ਕਿ ਉਹਨਾਂ ਨੇ ਹਨਾ ਗੋਦੜੀ ਪਾਈ ਹੋਈ ਆ ਤੇ ਹੱਥ ਦੇ ਵਿੱਚ ਚਿੱਪੀ ਫੜੀ ਇੱਕ ਛੋਟਾ ਫੜਿਆ ਤੇ ਮੂੰਹ ਬੰਨਿਆ ਹੋਇਆ ਜਦ ਇਹ ਗੱਲ ਦੱਸੀ ਤਾਂ ਫਿਰ ਉਹ ਜਿਹੜੇ ਸਾਬ ਜਦੇ ਸਮਝ ਗਏ ਵੀ ਉਹੀ ਮੁਹਾਤਮਾ ਹੈਗੇ ਜਿਹੜੇ ਸਾਨੂੰ ਜਿਹੜੇ ਸੀਗੇ ਉਹ 2-4 ਦਿਨ ਪਹਿਲਾਂ ਜੰਗਲ 'ਚ ਮਲੇ ਸੇ ਪਰਮਹਾਤਮਾਨ ਦਾ ਇਹ ਰੂਪ ਦੇਖ ਕੇ ਫਿਰ ਸਾਭ ਜੀ ਦੇ ਕਹਿਣ ਲੱਗੇ ਕਿ ਅਸੀਂ ਹੈ ਨਾ ਪ੍ਰਸ਼ਾਦਾ ਪਾਣੀ ਖੁਦ ਲੈ ਕੇ ਉਹਨਾਂ ਮਹਾਤਮਾ ਦੇ ਪਾਸ ਜਾਵਾਂਗੇ ਫਿਰ ਸਾਭ ਜੀ ਦੇ ਇੱਕ ਦੋ ਸੇਵਾਦਾਰਾਂ ਨਾਲ ਲੈ ਕੇ ਬਾਬਾ ਜੀ ਦੇ ਪਾਸ ਪਹੁੰਚੇ ਜਾਂ ਨਮਸਕਾਰ ਕੀਤੀ ਤੇ ਬਾਬਾ ਜੀ ਨੇ ਕਹਿਣ ਲੱਗੇ ਕਿੰਦੇ ਮਹਾਪੁਰਖੋ ਪਹਿਲਾਂ ਤੁਸੀਂ ਅੰਨ ਪਾਣੀ ਗ੍ਰਹਿਣ ਕਰੋ ਸਾਨੂੰ ਲੱਗਦਾ ਕਿ ਕਈ ਦਿਨ ਹੋ ਗਏ ਤੁਸੀਂ ਕੋਈ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਹੈ ਪਰ ਬਾਬਾ ਜੀ ਜਿਹੜੇ ਸੀ ਉਹਨਾਂ ਨੇ ਕਹਿਣ ਲੱਗੇ ਕਿੰਦੇ ਭਾਈ ਤੁਸੀਂ ਗੁਰਨਾਨਕ ਦੇ ਅੰਸ਼ ਹੋ ਇਸ ਕਰਕੇ ਤੁਹਾਨੂੰ ਤਕਲੀਫ ਦੇਣੀ ਅਸੀਂ ਉਚਿਤ ਨਹੀਂ ਸਮਝਦੇ ਜੋ ਇਹ ਸਤਕਾਰ ਭਰੇ ਬਚਨ ਬਾਬਾ ਜੀ ਦੇ ਮੂੰਹੋਂ ਸੁਣ ਕੇ ਉਹ ਸਾਹਿਬ ਜੀ ਜਿਹੜੇ ਸੀ ਮਨੋਂ ਬੜੇ ਪ੍ਰਸੰਨ ਹੋਏ ਪਰ ਫਿਰ ਵੀ ਜਿਹੜੇ ਸੀ ਉਹਨਾਂ ਨੇ ਨਿਮਰਤਾ ਸਹਿਤ ਇਹ ਬੇਨਤੀ ਬਾਬਾ ਜੀ ਦੇ ਅੱਗੇ ਕੀਤੀ ਸੀ ਕਿ ਕੋਈ ਵੀ ਵਿਅਕਤੀ ਜਨਮ ਜਾਂ ਜਾਤ ਨਾਲ ਵੱਡਾ ਨਹੀਂ ਹੁੰਦਾ ਕਮਾਈ ਨਾਲ ਵੱਡਾ ਹੁੰਦਾ ਸਾਨੂੰ ਲੱਗਦਾ ਕਿ ਢਾਡੀ ਕਮਾਈ ਜਿਹੜੀ ਹੈ ਬਹੁਤ ਭਾਰੀ ਹੈਗੀ ਆ ਤੇ ਇਸ ਕਰਕੇ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਜਿਹੜੀ ਸੇਵਾ 'ਚ ਹਾਜ਼ਰ ਹੋਵਾਂਗੇ ਫਿਰ ਬਾਬਾ ਜੀ ਨੇ ਲੋੜ ਅਨਸਾਰ ਹਨਾ ਥੋੜਾ ਬਹੁਤ ਪ੍ਰਸ਼ਾਦਾ ਪਾਣੀ ਸ਼ਕਿਆ ਜਦ ਪ੍ਰਸ਼ਾਦਾ ਪਾਣੀ ਸ਼ਕਿਆ ਤੇ ਉਹ ਸਾਬ ਜਦਾ ਬਾਬਾ ਜੀ ਨੂੰ ਕਹਿਣ ਲੱਗਾ ਕਿ ਇਹ ਜਿਹੜਾ ਇਲਾਕਾ ਹੈਗਾ ਇਹ ਸਾਰੀ ਜ਼ਮੀਨ ਜੋ ਵੀ ਤੁਸੀਂ ਦੂਰ ਤੱਕ ਦੇਖਦੇ ਸਾਡੀ ਆਪਣੀ ਆ ਜੇ ਤੁਹਾਡੇ ਮਨ ਤੇ ਇੱਛਾ ਹੈਗੀ ਜੇ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਅਸੀਂ ਤੁਹਾਨੂੰ ਇੱਥੇ ਹਨਾ ਇੱਕ ਝੌਂਪੜੀ ਬਣਾ ਦਿੰਦੇ ਆ ਤੁਸੀਂ ਉਹਦੇ ਵਿੱਚ ਬੈਠ ਕੇ ਬੰਦਗੀ ਕਰੋ ਤੇ ਇੱਕ ਦੋ ਸੇਵਾਦਾਰ ਆਸੀਂ ਆਪ ਦੀ ਖਿਦਮਤ ਵਿੱਚ ਇੱਥੇ ਛੱਡ ਦਿੰਦੇ ਆ ਜੋ ਲੋੜ ਅਨਸਾਰ ਆਪ ਨੂੰ ਜਿਹੜਾ ਹੈਗਾ ਉਹ ਅੰਨ ਜਲ ਪਾਣੀ ਜਿਹੜਾ ਗ੍ਰਹਿਣ ਕਰਾਊਗਾ ਪਰ ਬਾਬਾ ਜੀ ਨੇ ਉਹਦੀ ਸੇਵਾ ਨੂੰ ਇੱਕ ਪਾਸੇ ਕਰਦਿਆਂ ਇਹ ਬੇਨਤੀ ਕੀਤੀ ਕਿ ਸਾਨੂੰ ਜਗ੍ਹਾ ਤੇ ਚਾਹੀਦੀ ਪਰ ਐਸੀ ਜਗ੍ਹਾ ਚਾਹੀਦੀ ਹੈਗੀ ਆ ਜਿੱਥੇ ਕੋਈ ਨਗਰ ਨਾ ਹੋਵੇ ਇਨਸਾਨ ਨਾ ਹੋਵੇ ਪਰ ਹਾਂ ਉੱਥੇ ਕੋਈ ਨਦੀ ਹੋਵੇ ਪਾਣੀ ਦਾ ਤਲਾਬ ਜਾਂ ਝਰਨਾ ਹੋਵੇ ਉਹ ਜਗ੍ਹਾ ਸਾਨੂੰ ਜ਼ਿਆਦਾ ਪਸੰਦ ਹੈਗੀ ਆ ਫਿਰ ਸਾਹਿਬ ਜਦਿਆਂ ਨੇ ਯਾਨੀ ਕਿ ਬਾਬਾ ਜੀ ਨੂੰ ਦੱਸਿਆ ਸੀਗਾ ਕਿ ਉਹ ਜਗ੍ਹਾ ਤਾਂ ਹੈ ਪਰ ਇਥੋਂ ਕਾਫੀ ਦੂਰ ਆ ਕੁਝ ਜਾਣ ਵਾਸਤੇ ਦਿਨ ਲੱਗਣੇ ਆ ਤੇ ਪਰ ਉਹਨੇ ਸਾਰਾ ਟਿਕਾਣਾ ਜਿਹੜਾ ਸੀ ਬਾਬਾ ਜੀ ਨੂੰ ਦੱਸਿਆ ਤੇ ਬਾਬਾ ਜੀ ਫਿਰ ਉੱਥੋਂ ਉੱਠੇ ਆ ਤੇ ਉਸੇ ਟਿਕਾਣੇ ਵੱਲ ਚੱਲ ਗਏ ਜਿਹੜਾ ਟਿਕਾਣਾ ਜਿਹੜਾ ਸੀਗਾ ਉਹਨੇ ਦੇ ਸਾਬ ਜਿਆਦਾ ਨੇ ਜਿਹੜਾ ਸੀ ਬਾਬਾ ਜੀ ਨੇ ਦੱਸਿਆ ਸੀ ਪੰਜ ਸੱਤਾਂ ਦਿਨਾਂ ਦੇ ਬਾਅਦ ਬਾਬਾ ਜੀ ਉਸ ਟਿਕਾਣੇ ਤੇ ਪਹੁੰਚੇ ਆ ਜਦ ਕੀ ਦੇਖਿਆ ਉੱਥੇ ਬਾਕੀ ਇੱਕ ਬਹੁਤ ਨਿਰਮਲ ਪਾਣੀ ਜਿਹੜੀ ਨਦੀ ਉਹ ਚੱਲ ਰਹੀ ਆ ਤੇ ਆਲ ਦੇ ਵਾਲੇ ਸੰਘਣੇ ਜਿਹੜੇ ਹੈਗੇ ਆ ਬਹੁਤ ਦਰਖਤ ਜਿਹੜੇ ਲੱਗੇ ਆ ਤੇ ਐਸੀ ਕੁਦਰਤੀ ਕੁਦਰਤੀ ਹਰਿਆਲੀ ਆ ਜਿਹੜੇ ਨਾਲ ਮਨ ਨੂੰ ਖਿੱਚ ਪੈਂਦੀ ਆ ਬਾਬਾ ਜੀ ਜਿਹੜੇ ਸੀਗੇ ਉਹਨੇ ਦੱਸਿਆ ਕਿ ਅਸੀਂ ਉਸ ਅਸਥਾਨ ਤੇ ਬੈਠ ਗਏ ਜਦੋਂ ਬੈਠੇ ਤਾਂ ਅਸੀਂ ਉੱਥੇ ਹੀ ਨਾ ਇੱਕ ਜਗ੍ਹਾ ਚੁਣ ਕੇ ਭਜਨ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਭਜਨ ਕਰਨਾ ਸ਼ੁਰੂ ਕਰ ਦਿੱਤਾ ਪਹਿਲਾਂ ਪਹਿਲਾਂ ਜਦੋਂ ਭਜਨ ਤੋਂ ਬਾਅਦ ਸੁਰਤ ਬਾਹਰ ਆਉਣੀ ਤੇ ਜਦੋਂ ਸਰੀਰ ਨੇ ਖਾਣਾ ਮੰਗਣੀ ਆ ਪਰ ਉਸ ਟਾਈਮ ਅਸੀਂ ਉਸੇ ਹੀ ਨਾ ਜੰਗਲ ਦੇ ਵਿੱਚ ਕੋਈ ਨਾ ਕੋਈ ਇੱਕ ਦੋ ਫਲ ਜਿਹੜੇ ਸੀਗੇ ਉਹ ਕੱਟ ਕੇ ਲਿਆ ਕੇ ਜਿਹੜੇ ਸੀ ਕਹਿੰਦੇ ਸ਼ਕ ਲੈਂਦੇ ਹੁੰਦੇ ਸੀ ਪਰ ਇਸ ਤਰ੍ਹਾਂ ਅਸੀਂ ਬੰਦਗੀ ਕਰਦੇ ਰਹੇ ਹਾਂ ਪਹਿਲਾਂ ਪਹਿਲਾਂ ਪਰ ਉਸ ਤੋਂ ਬਾਅਦ ਫਿਰ ਸਾਡੀ ਜਿਹੜੀ ਰੁਚੀ ਸੀਗੀ ਬਿਲਕੁਲ हट ਗਈ ਕਿਉਂ ਪਹਿਲਾਂ ਤਾਂ ਅਸੀਂ ਦੂਜੇ ਤੀਜੇ ਫਲ ਖਾਂਦੇ ਸੀਗੇ ਫਿਰ ਅਸੀਂ ਫਲ ਇੱਕ ਹਫ਼ਤੇ ਬਾਅਦ ਖਾਣਾ ਸ਼ੁਰੂ ਕਰ ਦਿੱਤਾ ਫਿਰ 15 ਦਿਨਾਂ ਬਾਅਦ ਫਿਰ ਜਾਨੀ ਕਿ ਮਹੀਨੇ ਜਿਹੜੇ 2 ਮਹੀਨੇ ਬਾਅਦ ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਕਿ ਅਸੀਂ ਐਸੀ ਚੌਂਕੜੀ ਲਾਈ ਆ ਕਿ ਇੱਕ ਚੌਂਕੜੀ ਜਿਹੜੀ ਸੀਗੀ ਉਹਦੇ ਵਿੱਚ ਅਸੀਂ ਇੱਕ ਸਾਲ ਜਿਹੜੇ ਸੀਗੇ ਉਹ ਭਜਨ ਦੇ ਵਿੱਚ ਜਿਹੜੇ ਸੀਗੇ ਬਿਲਕੁਲ ਸੁੰਨ ਸਮਾਧੀ 'ਚ ਬੈਠੇ ਰਹੇ ਜਦ ਸਾਲ ਬਾਅਦ ਜਦੋਂ ਸਾਡੀ ਸੁਰਤ ਵਾਪਸ ਆਈ ਅਸੀਂ ਕੀ ਦੇਖਿਆ ਕਿ ਦੋ ਫਲ ਸਾਡੇ ਮੋਰੇ ਜਿਹੜੇ ਸੀ ਪੈ ਸੀ ਜਿਹਨਾਂ ਨੂੰ ਦੇਖ ਕੇ ਅਸੀਂ ਹੈਰਾਨ ਹੋਏ ਕਿ ਫਲ ਸਾਡੇ ਮੋਰੇ ਕੌਣ ਛੱਡ ਗਿਆ ਹੈਗਾ ਕਹਿੰਦੇ ਅਸੀਂ ਇਹ ਸੋਚ ਹੀ ਰਏ ਸੀ ਫਿਰ ਜਿਹੜੀ ਸੀਗੀ ਇੱਕ ਆਵਾਜ਼ ਸਾਡੇ ਕੰਨਾਂ 'ਚ ਪਈ ਕਿ ਇਹ ਫਲ ਆਪ ਜੀ ਦੇ ਨਮਿਤ ਅਸੀਂ ਰੱਖਿਆ ਤੁਸੀਂ ਛਕ ਲੋ ਬਾਬਾ ਜੀ ਕਹਿਣ ਲੱਗੇ ਕਿ ਅਸੀਂ ਆਲ ਵਾਲਾ ਦੇਖਿਆ ਪਰ ਸਾਨੂੰ ਕੋਈ ਨਜ਼ਰ ਨਹੀਂ ਆਇਆ ਪਰ ਦੂਜੀ ਵਾਰ ਫਿਰ ਆਵਾਜ਼ ਆਈ ਕਿ ਇਹ ਫਲ ਅਸੀਂ ਆਪਦੇ ਨਿਮਿਤ ਰੱਖਿਆ ਕਿਰਪਾ ਕਰਕੇ ਤੁਸੀਂ ਜਿਹੜੇ ਇਹ ਫਲ ਛਕ ਲੋ ਬਾਬਾ ਜੀ ਕਹਿਣ ਲੱਗੇ ਫਿਰ ਅਸੀਂ ਇਹ ਦੋਨੇ ਫਲ ਛਕੇ ਆ ਛਕਣ ਤੋਂ ਬਾਅਦ ਦੁਬਾਰਾ ਫਿਰ ਅਸੀਂ ਅੱਖਾਂ ਮੀਡੀਆਂ ਫਿਰ 2 ਸਾਲ ਦਾ ਚੌਂਕੜਾ ਲਾਇਆ ਫਿਰ ਇਸੇ ਤਰ੍ਹਾਂ ਫਿਰ ਫਲ ਪਏ ਅਸੀਂ ਫਿਰ 2 ਸਾਲ ਦਾ ਚੌਂਕੜਾ ਲਾਇਆ ਜਾਣੀ ਕਿ ਬਾਬਾ ਜੀ ਦੱਸਦੇ ਸੀ ਕਿ ਅਸੀਂ ਤਕਰੀਬਨ 5-6 ਸਾਲ ਉਸ ਸਥਾਨ ਤੇ ਬੈਠ ਕੇ ਜਿਹੜੇ ਸੀਗੇ ਬਿਲਕੁਲ ਕਾਂਤ ਦੇ ਵਿੱਚ ਭਜਨ ਸਿਮਰਨ ਕੀਤਾ ਤੇ ਬਸ ਇਹਦੇ ਵਿੱਚ ਅਸੀਂ 4 5 6 ਚੌਕੜੀਆਂ ਜਿਹੜੀਆਂ ਸੀਗਾ ਉਹਨਾਂ ਟੈਮਾਂ ਦੇ ਵਿੱਚ ਲੜਾਈਆਂ ਸੀਗੀਆਂ ਉਸ ਤੋਂ ਬਾਅਦ ਫਿਰ ਬਾਬਾ ਜੀ ਜਿਹੜੇ ਸੀ ਇਸ ਸਥਾਨ ਤੋਂ ਉੱਠੇ ਆ ਤੇ ਇਧਰ ਰਿਖੀਕੇਸ਼ ਹਰਦوار ਚਲੇ ਗਏ ਜਦ ਗਏ ਤਾਂ ਬਾਬਾ ਜੀ ਕਹਿਣ ਲੱਗੇ ਕਿ ਉਹਨਾਂ ਟੈਮਾਂ ਦੇ ਵਿੱਚ ਸਾਡਾ ਜਿਹੜਾ ਸੀਗਾ ਇਧਰ ਰਿਖੀਕੇਸ਼ ਹਰਦوار ਬਦਰੀਨਾਥ ਇੱਥੇ ਕਈ ਸਾਧੂਆਂ ਦੇ ਨਾਲ ਫਿਰ ਸਾਡੀ ਜਿਹੜੀ ਸੀ ਉਹਨਾਂ ਟੈਮਾਂ 'ਚ ਗੱਲਬਾਤ ਹੋਈ ਆ ਉਸ ਤੋਂ ਬਾਅਦ ਕਹਿੰਦੇ ਸਾਨੂੰ ਇਸ ਜੰਗਲ ਦੇ ਵਿੱਚ ਜਿਹੜੇ ਸੀ ਸ਼ਹੀਦ ਸਿੰਘ ਜਿਹੜੇ ਵਿਚਰਦੇ ਆ ਉਹਨਾਂ ਦੇ ਵੀ ਦਰਸ਼ਨ ਹੋਏ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦਾ ਮੌਕਾ ਮਿਲਿਆ ਫਿਰ ਸਾਨੂੰ ਕਹਿੰਦੇ ਉਹਨਾਂ ਦੀ ਗੱਲਬਾਤ ਤੋਂ ਸਾਨੂੰ ਇਹ ਪਤਾ ਲੱਗਾ ਹੈਗਾ ਕਿ ਜਦੋਂ ਇਸ ਧਰਤੀ ਦੇ ਉੱਤੇ ਜਿਹੜੇ ਸੀਗੇ ਉਹ ਸਿੱਖੀ ਦੀ ਜਿਹੜੀ ਤੈਦਾਦ ਜਦੋਂ ਘਟ ਹੁੰਦੀ ਹੈ ਤੇ ਕੋਈ ਨਾ ਕੋਈ ਸ਼ਹੀਦ ਸਿੰਘ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਇਸ ਮਾਤ ਲੋਕ ਚ ਆਉਂਦੇ ਆ ਤੇ ਫਿਰ ਮਾਤ ਲੋਕ ਚ ਆ ਕੇ ਮਹਾਪੁਰਖਾਂ ਦੇ ਰੂਪ ਦੇ ਵਿੱਚ ਫਿਰ ਸਿੱਖੀ ਦਾ ਪ੍ਰਚਾਰ ਕਰਦੇ ਆ ਤੇ ਫਿਰ ਉਹ ਚਲੇ ਜਾਂਦੇ ਆ ਇਸ ਜਿਹੜਾ ਸਾਰਾ ਰੱਬੀ ਹੁਕਮ ਹੈਗਾ ਉਹ ਜੰਗਲ ਦੇ ਵਿਚ ਜਿਹੜੇ ਵਿਚਰਦੇ ਸ਼ਹੀਦ ਸਿੰਘ ਦਸ਼ਮੇਸ਼ ਪਿਤਾ ਦੇ ਟਾਈਮ ਦੇ ਉਹ ਇਹੋ ਕਾਰ ਕਰਦੇ ਆ ਫਿਰ ਇਸ ਤਰ੍ਹਾਂ ਦੇ ਜਿਹੜੇ ਵਜਨ ਸੀਗੇ ਬਾਬਾ ਜੀ ਨੇ ਦੱਸਿਆ ਉਸ ਤੋਂ ਬਾਅਦ ਫਿਰ ਬਾਬਾ ਜੀ ਨੇ ਜਦੋਂ ਸਾਰੀ ਇਹ ਜਿਹੜੀ ਸੀ ਗੱਲਬਾਤ ਇਹ ਜੋ ਰਿਸ਼ੀਆਂ ਨਾਲ ਮੁਹਾਤਮਾ ਦੇ ਨਾਲ ਸ਼ੀਦ ਸਿੰਘਾਂ ਨੇ ਸਾਂਝੀ ਕੀਤੀ ਸੀ ਫਿਰ ਉਸ ਟਾਈਮ ਬਾਬਾ ਜੀ ਨੂੰ ਗੈਵੀ ਆਵਾਜ਼ ਆਈ ਸੀ ਕਿ ਆਪ ਜੀ ਨੂੰ ਆਪਣੇ ਮਾਤਾ ਜੀ ਜਿਹੜੇ ਬਹੁਤ ਯਾਦ ਕਰਦੇ ਇਸ ਕਰਕੇ ਤੁਸੀਂ ਦੁਬਾਰਾ ਫਿਰ ਆਪਣੇ ਹਨਾ ਪਿੰਡ ਵਾਪਸ ਮਾਤਾ ਜੀ ਨੂੰ ਮਿਲਣ ਚਲੇ ਜਾਓ ਬਾਬਾ ਜੀ ਇਹ ਫਿਰ ਜਿਹੜੀ ਸੀ ਗੈਵੀ ਆਵਾਜ਼ ਇਸ ਨੂੰ ਸੁਣ ਕੇ ਨਾ ਫਿਰ ਬਾਬਾ ਜੀ ਨੇ ਤਿਆਰੀ ਕੀਤੀ ਦੁਬਾਰਾ ਫਿਰ ਹਨਾ ਬਾਬਾ ਜੀ ਜਿਹੜੇ ਆਪਣੇ ਪਿੰਡ ਵਾਪਸ ਜਿਹੜੇ ਪਹੁੰਚੇ ਜਦ ਬਾਬਾ ਜੀ ਦੁਵਾਰਾ ਪਿੰਡ ਆਏ ਇਹਨਾਂ ਨੂੰ ਦੇਖ ਕੇ ਜਿਹੜੇ ਪਿੰਡ ਵਾਲੇ ਸੀਗੇ ਬਾਬਾ ਜੀ ਦੇ ਦਰਸ਼ਨਾਂ ਵਾਸਤੇ ਦੁਵਾਰਾ ਉਮੜ ਪਏ ਆ ਕਿ ਪਾਈ ਇਸ ਪਿੰਡ ਦੇ ਹਨ ਮਸਤਾਨੇ ਜੋ ਮਾਪੁਰ ਖਹਿ ਗਿਆ ਉਹ ਵਾਪਸ ਆ ਗਿਆ ਜਦੋਂ ਬਾਬਾ ਜੀ ਘਰ ਪਹੁੰਚੇ ਆ ਤੇ ਜਦ ਘਰ ਦੇ ਨੇ ਦੇਖਿਆ ਤੇ ਦੇਖਦੇ ਸਾਰੇ ਘਰਦਿਆਂ ਨੇ ਆਪਣੀ ਜਿਹੜੀ ਮਾਤਾ ਸੀ ਬਾਬਾ ਜੀ ਨੂੰ ਉੱਚੀ ਉੱਚੀ ਕਹਾਣਾ ਸ਼ੁਰੂ ਕਰਦਾ ਕਿ ਮਾਤਾ ਜੀ ਤੇਰਾ ਮਸਤਾਨਾ ਆ ਗਿਆ ਤੇਰਾ ਮਸਤਾਨਾ ਪੁੱਤ ਆ ਗਿਆ ਹੈਗਾ ਤੇ ਜੋ ਹੀ ਮਾਤਾ ਜੀ ਨੇ ਆਪਣੇ ਮਸਤਾਨੇ ਪੁੱਤ ਵੱਲ ਦੇਖਿਆ ਤੇ ਮਾਤਾ ਜੀ ਦੀ ਸਿਹਤ ਉਸ ਟਾਈਮ ਕਾਫੀ ਖਰਾਬ ਸੀਗੀ ਪਰ ਜਿਉਂ ਹੀ ਬਾਬਾ ਜੀ ਆਪਣੇ ਮਾਤਾ ਜੀ ਨੇ ਮਲੇ ਮਾਤਾ ਜੀ ਨੇ ਬੜਾ ਰੁਦਰ ਕੀਤਾ ਸੀਗਾ ਜਦੋਂ ਮਾਤਾ ਜੀ ਨੇ ਬੜਾ ਰੁਦਰ ਕੀਤਾ ਉਸ ਤੋਂ ਬਾਅਦ ਫਿਰ ਜਿਹੜੇ ਸੀਗੇ ਬਾਬਾ ਜੀ ਆਪਣੀ ਮਾਤਾ ਦੇ ਕੋਲ ਬੈਠੇ ਰਹੇ ਤੇ ਬੈਠਦਾ ਬੈਠਦਾ ਬਾਬਾ ਜੀ ਨੇ ਆਪਣੀ ਮਾਤਾ ਦੇ ਜਿਹੜੇ ਸੀਗੇ ਉਹ ਸੀਸ ਦੇ ਉੱਤੇ ਬੜੇ ਪ੍ਰੇਮ ਨਾਲ ਹੱਥ ਫੇਰਿਆ ਤੇ ਕਹਿਣ ਲੱਗੇ ਮਾਤਾ ਤੂੰ ਸਾਡੀ ਜਿਹੜੀ ਹੈਗੀ ਆਪਣੇ ਇਸ ਜਨਮ ਦੇ ਵਿੱਚ ਬੜੀ ਭਰੀ ਸੇਵਾ ਕੀਤੀ ਆ ਇਸ ਕਰਕੇ ਅਸੀਂ ਬਾਕੀਆਂ ਦਾ ਤਾਂ ਕਹਿ ਨਹੀਂ ਸਕਦੇ ਪਰ ਇੰਨਾ ਜ਼ਰੂਰ ਆ ਕਿ ਤੇਰਾ ਜਿਹੜਾ ਵੱਡਾ ਪੁੱਤਰ ਆ ਉਹਨੇ ਉਹਦੀ ਲਾਡ ਜਿਹੜੀ ਹੈਗੀ ਵੰਸ਼ ਜਿਹੜੀ ਹੈਗੀ ਆ ਇਸ ਸੰਸਾਰ ਦੇ ਵਿੱਚ ਚੱਲਦੀ ਰਹੇਗੀ ਜਦ ਮਾਤਾ ਜੀ ਨੂੰ ਇਹ ਵਰਦਾਨ ਬਾਬਾ ਜੀ ਨੇ ਦਿੱਤਾ ਸੀ ਤਾਂ ਮਾਤਾ ਜੀ ਦੇ ਅੱਖਾਂ ਦੇ ਵਿੱਚੋਂ ਹੰਝੂਆਂ ਦੀ ਝੜੀ ਬਗੀ ਸੀ ਉਸ ਟਾਈਮਾਂ ਦੇ ਵਿੱਚ ਤੇ ਮਾਤਾ ਜੀ ਨੇ ਫਿਰ ਉਹ ਪੁੱਛਿਆ ਕਿ ਬਾਕੀ ਜਿਹੜਾ ਹੈਗਾ ਉਹ ਮੇਰਾ ਕੀ ਹੋਗਾ ਤੇ ਬਾਬਾ ਜੀ ਨੇ ਆਖਿਆ ਸੀ ਕਿ ਬਾਕੀ ਦਾ ਸੀ ਕਹਿ ਨਹੀਂ ਸਕਦੇ ਪਰ ਤੇਰੀ ਜਿਹੜੀ ਵੱਡੀ ਵੰਸ ਹੈਗੀ ਆ ਉਹ ਇਸ ਸੰਸਾਰ ਦੇ ਵਿੱਚ ਚੱਲੇਗੀ ਤੇ ਲੋਕ ਭਲਾਈ ਦੇ ਕੰਮ ਸਿੱਖੀ ਨੂੰ ਕਮਾਏਗੀ ਤੇ ਸੇਵਾ ਕਰੇਗੀ ਹੁਣ ਬਾਬਾ ਜੀ ਦੇ ਵੰਸ ਦੇ ਵਿੱਚੋਂ ਜੋ ਬਚਨ ਬਾਬਾ ਜੀ ਨੇ ਕੀਤੇ ਸੀਗੇ ਇਹਨਾਂ ਦੀ ਵੰਸ ਦੇ ਵਿੱਚੋਂ ਜਿਹੜੇ ਹੈਗੇ ਆ ਉਹ ਉਸੇ ਹੀ ਨਗਰ ਪਿੰਡ ਦੇ ਜਿਹੜੇ ਆ ਉਹ ਮੇਨ ਲੰਬੜਦਾਰ ਹੈਗੇ ਆ ਸੋ ਉਸ ਤੋਂ ਬਾਅਦ ਮਾਤਾ ਜੀ ਨੇ ਜਦੋਂ ਆਪਣਾ ਸਰੀਰ ਜਿਹੜਾ ਸੀਗਾ ਛੱਡਿਆ ਸੀਗਾ ਤੇ ਇਸ ਸਰੀਰ ਛੱਡਣ ਤੋਂ ਬਾਅਦ ਬਾਬਾ ਜੀ ਨੇ ਮਾਤਾ ਜੀ ਦੀ ਕਿਰਿਆ ਕਰਮ ਤੋਂ ਬਾਅਦ ਜਿਹੜਾ ਸੀਗਾ ਦੁਬਾਰਾ ਫੇਰ ਘਰ ਛੱਡਿਆ ਛੱਡਣ ਤੋਂ ਬਾਅਦ ਫੇਰ ਬਾਬਾ ਜੀ ਜਿਹੜੇ ਸੀਗੇ ਸਦੇ ਇਹਨਾਂ ਸਥਾਨਾਂ ਵੱਲ ਆ ਗਏ ਜਿਵੇਂ ਗੁਰਦੁਆਰਾ ਰੀਠਾ ਸਾਹਿਬ ਆ ਇੱਥੇ ਆ ਕੇ ਬਾਬਾ ਜੀ ਜਿਹੜੇ ਸੀਗੇ ਗੁਰੂ ਨਾਨਕ ਸਾਹਿਬ ਗੁਰਦੁਆਰੇ ਦੇ ਵਿੱਚ ਆ ਕੇ ਜਿਹੜੇ ਸੀਗੇ ਬਾਹਰਲੇ ਪਾਸੇ ਰੁਕੇ ਆ ਫੇਰ ਕੁਝ ਟਾਈਮ ਬਾਬਾ ਜੀ ਨੇ ਇੱਥੇ ਤਪੱਸਿਆ ਕੀਤੀ ਇੱਥੋਂ ਤਪੱਸਿਆ ਕਰਕੇ ਬਾਬਾ ਜੀ ਜਿਹੜੇ ਸੀਗੇ ਫੇਰ ਬਾਅਦ ਵਿੱਚ ਫੇਰ ਬਿੰਦਰਾ ਬਾ ਇਸਾ ਲਾ ਕੇ ਬਲ ਨਿਕਲਿਆ ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖੇਮਾ ਦਾ ਜਾਚਕਵਾ ਜੀ ਹੋਇਆ ਬਯੰਦ ਭੁੱਲਾ ਚੁੱਕਾਂ ਦੀ ਖੇਮਾ ਬਖਸ਼ਣ ਇਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ